ਬੜੇ ਬੁਨਿਆਦੀ ਜੀਵਨ ਤੋਂ ਸ਼ੁਰੂਆਤ ਹੁੰਦੀ ਹੈ ਮੇਰੀ ਕਹਾਣੀ ਦੀ। ਮੇਰਾ ਪਿੰਡ ਰਸੂਲਪੁਰ, ਜਿਸ ਦੇ ਵਿੱਚ ਪ੍ਰਾਇਮਰੀ ਸਕੂਲ ਨਾਮ ਦਾ ਸੀ, ਉਹਦੀ ਕੋਈ ਬਿਲਡਿੰਗ ਨਹੀਂ ਸੀ ਹੈਗੀ। ਇਨਫੈਕਟ ਮੈਨੂੰ ਹੁਣ ਯਾਦ ਆਉਂਦਾ ਕਿ ਉਸ ਟਾਈਮ 'ਤੇ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਕੋਈ ਟੀਚਰ ਵੀ ਆਉਣ ਵਾਸਤੇ ਤਿਆਰ ਨਹੀਂ ਹੁੰਦਾ ਸੀ ਸ਼ਾਇਦ। ਇਹ ਝਾਕ ਰਹਿੰਦੀ ਸੀ ਕਿ ਮੇਰੇ ਫਾਦਰ ਜਿਹੜੇ ਆ, ਮੇਰੇ ਪਿਤਾ ਜੀ, ਉਹ ਖੇਤਾਂ ਦੇ ਵਿੱਚ ਜਦੋਂ ਖਾਦ ਪਾ ਕੇ ਖਾਲੀ ਬੋਰਾ ਲੈ ਕੇ ਆਉਣਗੇ, ਇੱਕ ਯੂਰੀਏ ਦਾ ਬੋਰਾ, ਚਿੱਟਾ ਥੱਲਾ, ਔਰ ਉਸ ਨੂੰ ਧੋ ਕੇ ਮੇਰੀ ਬੀਬੀ ਮੇਰੇ ਵਾਸਤੇ ਬਸਤਾ ਤਿਆਰ ਕਰਦੀ ਸੀ। ਅਤੇ ਉਹ ਆਏ ਸਕੂਲ 'ਚੋਂ ਉੱਠ ਕੇ ਅਤੇ ਪੜ੍ਹ ਕੇ ਉੱਥੇ ਉਹਨਾਂ ਕਾਮਯਾਬੀ ਆਪਦੀ ਕੀਤੀ ਪੂਰੀ। ਅਤੇ ਬਾਈ ਇਕਦਮ ਮੈਂ ਝੋਲਾ ਸਿਉਂ ਦੇਣਾ ਅਤੇ ਖੱਟੀ ਗਾਜ ਨਹੀਂ ਦੇਣਾ, ਫੱਟੀ ਪੋਚ ਲੈਣੀ ਉਹਨੇ। ਉਹਨੇ ਆਖਣਾ ਬੜੇ ਮੇਰੇ ਅੱਖਰ ਉੱਠਦੇ ਇਹਦੇ ਉੱਤੇ, ਮੈਨੂੰ ਬੀਬੀ ਇਹ ਲਿਆ ਕੇ ਦਿਆ ਕਰ। ਫਿਰ ਮੈਂ ਉਹੀ ਲਿਆ ਕੇ ਦੇਣੀ, ਸੋਹਣੀ ਫੱਟੀ ਦੇ ਉੱਤੇ ਲਿਖਾਈ ਕਰਨੀ ਪੁੱਤ, ਅਤੇ ਸੋਹਣੇ ਨੰਬਰ ਲੈਣੇ ਉਹਨੇ ਆਪਦੇ। ਅਤੇ ਜਿਹੜਾ ਯੂਰੀਆ ਦਾ ਬੋਰਾ ਸੀ ਉਹ ਮੇਰਾ ਥੈਲਾ ਹੁੰਦਾ ਸੀ, ਉਸ ਦੇ ਵਿੱਚ ਮੇਰੀ ਫੱਟੀ, ਮੇਰਾ ਕਾਇਦਾ, ਮੇਰੀ ਸਲੇਟ ਅਤੇ ਮੇਰੀ ਸਿਆਹੀ ਦੀ ਦੁਆਤ, ਜਿਹੜੀ ਕਿ ਅਕਸਰ ਡੁੱਲ ਜਾਂਦੀ ਸੀ ਅਤੇ ਮੇਰਾ ਝੋਲਾ ਉਹਦੇ ਨਾਲ ਸਿਆਹੀ ਦੇ ਨਾਲ ਹੀ ਉਹ ਖਰਾਬ ਹੋ ਜਾਂਦਾ ਸੀ, ਲਿਬੜ ਜਾਂਦਾ ਸੀ। ਇਹ ਛੋਟਾ ਹੈ, ਦੋ ਕਮਰੇ, ਅੱਗੇ ਬਰਾਂਡਾ, ਰਸੋਈ, ਇਹ ਬੈਠਕ, ਇਹ ਪੁਰਾਣੇ ਘਰ, ਉਸ ਟਾਈਮ ਦੀ ਸਾਡੀ ਸਟਾਰਟਿੰਗ ਦਾ ਸਾਡਾ ਘਰ ਹੈ ਕਿ ਜਿੱਥੇ ਸਾਡਾ ਜਨਮ ਹੋਇਆ, ਆਹ ਸਾਹਮਣੇ ਵਾਲਾ ਕਮਰਾ ਜਿੱਥੇ ਮੇਰਾ ਅਤੇ ਸੁਨਾਮ ਸਿੰਘ ਸੰਧੂ ਸਾਹਿਬ ਦਾ ਜਨਮ ਹੋਇਆ। ਮੇਰੇ ਪਿਤਾ ਜੀ ਮੈਨੂੰ ਦਰਜੀ ਕੋਲ ਲੈ ਗਏ ਕਿ ਤੂੰ ਦੱਸ ਕੱਪੜੇ ਕਿਹੋ ਜਿਹੇ ਬਣਾਉਣੇ। ਉਹਨੇ ਬੜਾ ਖੁੱਲ੍ਹਾ ਜਿਹਾ ਪਜਾਮਾ ਮੈਨੂੰ ਬਣਾ ਕੇ ਦਿੱਤਾ ਅਤੇ ਉੜਤੇ ਪਜਾਮੇ ਦੇ ਨਾਲ ਮੈਂ ਆਪਣੇ ਕਾਲਜ ਦੀ ਯਾਤਰਾ ਸ਼ੁਰੂ ਕੀਤੀ। ਮੈਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਫੇਲੀਅਰ ਦੇਖੇ। ਬਹੁਤ ਵਾਰੀ ਮੈਂ ਕੋਸ਼ਿਸ਼ ਕਰਦਾ ਸੀ, ਮੇਰਾ ਕਾਰੋਬਾਰ ਨਹੀਂ ਚੱਲਦਾ ਸੀ, ਫੇਲ ਹੋ ਜਾਂਦਾ ਸੀ, ਅਤੇ ਮੈਂ ਜਦੋਂ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਆਪਣੇ ਦਿਮਾਗ ਨਾਲ, ਤਾਂ ਮੈਂ ਦੇਖਿਆ ਕਿ ਮੈਂ ਹਰ ਵਾਰੀ ਕਿਸੇ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਸੀ ਔਰ ਮੈਂ ਫੇਲ ਹੋ ਜਾਂਦਾ ਸੀ, ਕਿਉਂਕਿ ਮੈਨੂੰ ਆਪਣੇ ਆਪ 'ਤੇ ਕੌਨਫੀਡੈਂਸ ਨਹੀਂ ਕਿ ਮੈਂ ਵੀ ਚੰਗਾ ਸੋਚ ਸਕਦਾ। ਹੋਰ ਵੀ ਬਹੁਤ ਸਾਰੀਆਂ ਯਾਦਾਂ ਨੇ ਮੇਰੀਆਂ, ਆਪਣੀਆਂ ਖੇਤਾਂ ਨਾਲ ਜੁੜੀਆਂ ਹੋਈਆਂ, ਮੇਰੇ ਆਪਣੇ ਪਿਤਾ ਜੀ ਨਾਲ ਜੁੜੀਆਂ ਹੋਈਆਂ, ਔਰ ਮੇਰੇ ਆਪਣੇ ਦਾਦਾ ਜੀ ਨਾਲ ਜੁੜੀਆਂ ਹੋਈਆਂ, ਮੇਰੇ ਚਾਚਾ ਜੀ ਨਾਲ ਜੁੜੀਆਂ। ਕਾਲਜ ਦੇ ਦਿਨਾਂ ਦੀਆਂ ਹੋਰ ਬਹੁਤ ਸਾਰੀਆਂ ਯਾਦਾਂ ਹੈਗੀਆਂ ਨੇ। ਉਸ ਵੇਲੇ ਹਾਲਾਤ ਬਹੁਤ ਖਰਾਬ ਸੀ, ਖਾੜ ਖੂਬਾ ਦਾ ਟਾਈਮ ਸੀ, ਅਤੇ ਅਜਿਹਾ ਵੀ ਟਾਈਮ ਹੁੰਦਾ ਸੀ ਕਿ ਮਾਪੇ ਕਈ ਵਾਰੀ ਸੋਚਦੇ ਸੀ ਕਿ ਅੱਜ ਇਹ ਵਾਪਸ ਨਹੀਂ ਆਇਆ ਅਤੇ ਪਤਾ ਨਹੀਂ ਸੁੱਖ ਹੋਵੇ। ਜਿਹੜੇ ਨੌਜਵਾਨ ਹੁੰਦੇ ਸੀ ਉਹਨਾਂ ਨੂੰ ਪੁਲਿਸ ਵੱਲੋਂ ਚੁੱਕ ਲਿਆ ਜਾਂਦਾ ਸੀ, ਔਰ ਮੈਨੂੰ ਯਾਦ ਹੈ ਕਿ ਮੇਰਾ ਸਾਥੀ ਜਗਤਾਰ ਸਿੰਘ ਉਸ ਵੇਲੇ ਉਹਦਾ ਇਨਕਾਊਂਟਰ ਹੁੰਦਾ ਸੀ, ਕਿਵੇਂ ਬਚਾਇਆ। ਕਈ ਇੰਜੀਟੇਸ਼ਨਾਂ ਲੜੀਆਂ, ਉਹਨਾਂ ਦਾ ਇੱਕ ਦੋਸਤ ਸੀ ਜਗਤਾਰ ਸਿੰਘ ਮਨੇਸ਼, ਅਤੇ ਉਹਦੇ 'ਤੇ ਉਸ ਵੇਲੇ ਕਾਲੇ ਦੌਰ ਦੇ ਵਿੱਚ ਸਰਕਾਰ ਦੇ ਦੁਬਾਰਾ ਪੁਲਿਸ ਨੇ ਮਾੜੇ ਹਾਲਾਤਾਂ 'ਚ ਉਹਨੂੰ ਨਜਾਇਜ਼ ਫਸਾ ਲਿਆ, ਉਹਦੇ ਲਈ ਇੰਜੀਟੇਸ਼ਨ ਕਰਕੇ ਰੋਡ ਬੰਦ ਕਰਕੇ ਉਹਨੂੰ ਦਾ ਝੂਠਾ ਮੁਕਾਬਲਾ ਹੋਣ ਤੋਂ ਬਚਾਇਆ। ਅੱਜ ਵੀ ਜਗਤਾਰ ਸਿੰਘ ਮਨੇਸ਼ ਜਿਹੜਾ ਵਿਦੇਸ਼ ਵਿੱਚ ਰਹਿੰਦਾ ਔਰ ਬਹੁਤ ਵਧੀਆ ਇਨਸਾਨ। ਅਸੀਂ ਉੱਥੇ ਮੇਨ ਹਾਈਵੇ ਜਿਹੜਾ ਸੀ ਉਹਨੂੰ ਰੋਕ ਲਿਆ ਸੀ ਔਰ ਸਰਕਾਰ ਨੂੰ ਮਜਬੂਰ ਹੋ ਕੇ, ਉਸ ਵੇਲੇ ਜਿਹੜਾ ਸਾਡਾ ਸਾਥੀ ਸੀ, ਉਸ ਵੇਲੇ ਮੈਨੂੰ ਯਾਦ ਹੈ ਕਿ ਸ਼ਾਇਦ ਮਿਸਟਰ ਚਟੋਪਾਧਿਆ ਆਫੀਸਰ ਸੀਗੇ, ਪੁਲਿਸ ਦੇ ਹਾਇਰ ਆਫੀਸਰ,
ਉਹਨਾਂ ਨੂੰ ਰਿਹਾ ਕਰਨਾ ਪਿਆ ਸੀ ਔਰ ਅੱਜ ਵੀ ਉਹ ਨੌਜਵਾਨ ਜਿਹੜਾ ਹੈਗਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਕਾਮਯਾਬ ਹੈਗਾ। ਉਹ ਨਿਰਦੋਸ਼ ਫਸਿਆ ਸੀ ਔਰ ਅਸੀਂ ਉਹਦੇ ਉਸ ਦੀ ਖਾਤਰ ਸੰਘਰਸ਼ ਕੀਤਾ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਜਿਹਦੇ ਵਿੱਚ ਲੜਾਈਆਂ ਝਗੜੇ ਹੋਣੇ, ਬਹੁਤ ਸਾਰੇ ਐਸੇ ਫਸਾਦ ਪੈਦਾ ਹੋਣੇ, ਬਹੁਤ ਸਾਰੀਆਂ ਧਮਕੀਆਂ ਮਿਲਣੀਆਂ। ਔਰ ਮੈਨੂੰ ਅੱਜ ਵੀ ਯਾਦ ਹੈ ਕਿ ਉਸ ਵੇਲੇ ਐਸੇ ਤਾਲੀਬਾਨੀ ਫਰਮਾਨ ਆਉਂਦੇ ਸੀ ਕਿ ਤੁਸੀਂ ਭੰਗੜਾ ਨਹੀਂ ਪਾ ਸਕਦੇ, ਤੁਸੀਂ ਨੱਚ ਨਹੀਂ ਸਕਦੇ, ਤੁਸੀਂ ਗਾ ਨਹੀਂ ਸਕਦੇ। ਕਿਉਂਕਿ ਉੱਥੇ ਦੋ ਤਰ੍ਹਾਂ ਦੀ ਮੂਵਮੈਂਟ ਚੱਲਦੀ ਸੀ, ਇੱਕ ਕਾਮਰੇਡਾਂ ਦੀ ਸੀ, ਇੱਕ ਮੂਵਮੈਂਟ ਹੈਗੀ ਸੀ ਖਾੜਕੂਵਾਦ। ਖਾੜਕੂਵਾਦ ਇਸ ਚੀਜ਼ਾਂ ਨੂੰ ਰੋਕਦਾ ਸੀ ਕਿ ਇਹ ਜਿਹੜੇ ਸੱਭਿਆਚਾਰ ਪ੍ਰੋਗਰਾਮ ਕਰਾਉਂਦੇ ਨੇ ਇਹ ਜਿਹੜੇ ਕਾਮਰੇਡ ਵਿਚਾਰਧਾਰਾ ਦੇ ਨੇ, ਅਤੇ ਕਾਮਰੇਡ ਕਹਿੰਦੇ ਸੀ ਕਿ ਇਹ ਖਾੜਕੂ ਵਿਚਾਰਧਾਰਾ ਦੇ ਕਿਸੇ ਬੰਨੇ ਵੀ ਗਿਣੇ ਨਹੀਂ ਸੀ ਜਾਂਦੇ। ਇਹਨਾਂ ਨੇ ਆਪਣੀ ਮੂਵਮੈਂਟ ਚਲਾ ਕੇ ਸੱਭਿਆਚਾਰ ਪ੍ਰੋਗਰਾਮ ਦ੍ਰਿੜਤਾ ਦੇ ਨਾਲ ਕਰਵਾਇਆ ਔਰ ਕਿਸੇ ਭੈ ਤੋਂ ਬੇਡਰ ਹੋ ਕੇ ਕਰਾਇਆ। ਇਹ ਵੀ ਇੱਕ ਉਸ ਵੇਲੇ ਦੀ ਇਹਨਾਂ ਦੀ ਕਾਰਜਸ਼ੈਲੀ ਸੀ, ਕਿਉਂਕਿ ਉਹ ਕਿਸੇ ਅੱਗੇ ਝੁਕੇ ਨਹੀਂ। ਔਰ ਮੇਰੇ ਪ੍ਰਿੰਸੀਪਲ, ਮੈਂ ਤਾਂ ਬਹੁਤ ਉਹਨਾਂ ਨੂੰ ਕਾਬਲ ਸਮਝਦਾ, ਸਰਦਾਰ ਸੁਰਜੀਤ ਸਿੰਘ ਗਿੱਲ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਸਾਰਿਆਂ ਦਾ ਕੁਝ ਨਾ ਕੁਝ ਬਣ ਜੂ, ਤੇਰਾ ਨਹੀਂ ਪੁੱਤਰਾ ਬਣਨਾ। ਅਤੇ ਮੈਨੂੰ ਖੁਸ਼ੀ ਹੋਈ ਜਦੋਂ ਕੁਛ ਸਾਲ ਪਹਿਲਾਂ ਮੈਨੂੰ ਮਿਲਣ ਆਏ, ਮੈਨੂੰ ਮਿਲ ਕੇ ਗਏ, ਉਹਨਾਂ ਨਾਲ ਇਹ ਗੱਲ ਮੈਂ ਸ਼ੇਅਰ ਕੀਤੀ। ਮੈਂ ਕਿਹਾ ਸਰ ਤੁਸੀਂ ਮੈਨੂੰ ਕਿਹਾ ਸੀ ਕਿ ਤੇਰਾ ਕੁਛ ਨਹੀਂ ਬਣਨਾ, ਪਰ ਮੈਂ ਬਣ ਗਿਆ। ਮੈਂ ਕਿਹਾ ਜੀ ਮੇਰੇ ਲੱਛਣ ਤਾਂ ਬਣਨ ਵਾਲੇ ਹੈ ਨਹੀਂ ਸੀ, ਪਰ ਕੁਦਰਤ ਨੇ ਮੈਨੂੰ ਐਸੇ ਮੌਕੇ ਦਿੱਤੇ ਕਿ ਮੈਂ ਸੁਧਰ ਗਿਆ ਔਰ ਮੈਂ ਬਣ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਸਤਨਾਮ ਸਿੰਘ ਸੰਧੂ, ਚਾਂਸਲਰ ਹਾਂ ਚੰਡੀਗੜ੍ਹ ਯੂਨੀਵਰਸਿਟੀ ਕੜੂਆਂ ਦਾ। ਲੇਕਿਨ ਅੱਜ ਮੈਂ ਗੱਲ ਉਸ ਸਤਨਾਮ ਦੀ ਕਰਨੀ ਹੈ ਜਿਹੜਾ ਪੰਜਾਬ ਦੇ ਇੱਕ ਬਹੁਤ ਹੀ ਨਿਮਾਣੇ ਜਿਹੇ ਬੈਕਗਰਾਊਂਡ ਤੋਂ ਉੱਠ ਕੇ ਇੱਥੇ ਤੱਕ ਪਹੁੰਚਿਆ। ਉਹ ਮੇਰਾ ਸਫ਼ਰ ਕਿਵੇਂ ਰਿਹਾ, ਉਸ ਦੌਰਾਨ ਮੈਂ ਕਿਸ ਤਰ੍ਹਾਂ ਦਾ ਸੰਘਰਸ਼ ਕੀਤਾ, ਜਾਂ ਮੈਨੂੰ ਮੌਕੇ ਕਿਸ ਤਰੀਕੇ ਨਾਲ ਮਿਲੇ, ਉਹ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨਾ ਚਾਹੂੰਗਾ। ਮੇਰਾ ਜਿਹੜਾ ਪਿਛੋਕੜ ਹੈ ਉਹ ਜਿਵੇਂ ਮੈਂ ਦੱਸਿਆ ਕਿ ਪੰਜਾਬ ਦੇ ਇੱਕ ਠੇਠ ਪੰਜਾਬੀ ਪਿਛੋਕੜ ਨੂੰ ਬਿਲੋਂਗ ਕਰਦਾ ਔਰ ਇੱਕ ਲਾਹੌਰੀਆ ਪਰਿਵਾਰ ਜਿਹੜਾ ਕਿ ਪਾਕਿਸਤਾਨ ਦੇ ਲਾਹੌਰ ਤੋਂ ਉੱਠ ਕੇ ਇੱਧਰਲੇ ਪੰਜਾਬ ਆ ਕੇ ਜੀਰਾ ਤਹਿਸੀਲ ਦੇ ਮੱਖੂ ਕਸਬੇ ਦੇ ਵਿੱਚ ਇੱਕ ਛੋਟਾ ਪਿੰਡ ਸਾਡਾ ਰਸੂਲਪੁਰ ਹੈ, ਉੱਥੇ ਆ ਕੇ ਵਸਿਆ। ਮੇਰੇ ਦਾਦਾ ਜੀ ਆਏ, ਮੇਰੇ ਪਿਤਾ ਜੀ ਛੋਟੇ ਸੀ 47 ਵੇਲੇ, ਤੋ ਉਸ ਟਾਈਮ ਦੀਆਂ ਕਹਾਣੀਆਂ ਬਹੁਤ ਸੁਣੀਆਂ ਮੈਂ ਉਹਨਾਂ ਕੋਲੋਂ, ਕਿੰਨੇ ਜ਼ਫਰ ਜ਼ਾਲੇ। ਬੜੇ ਬੁਨਿਆਦੀ ਜੀਵਨ ਤੋਂ ਸ਼ੁਰੂਆਤ ਹੁੰਦੀ ਹੈ ਮੇਰੀ ਕਹਾਣੀ ਦੀ। ਮੇਰਾ ਪਿੰਡ ਰਸੂਲਪੁਰ, ਜਿਸ ਦੇ ਵਿੱਚ ਪ੍ਰਾਇਮਰੀ ਸਕੂਲ ਨਾਮ ਦਾ ਸੀ, ਉਹਦੀ ਕੋਈ ਬਿਲਡਿੰਗ ਨਹੀਂ ਸੀ ਹੈਗੀ, ਇੱਕ ਕਿੱਕਰ ਦਾ ਦਰਖਤ ਸੀ ਜਿੱਥੇ ਸਾਡੀਆਂ ਜਮਾਤਾਂ ਲੱਗਦੀਆਂ ਸੀ। ਔਰ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਮਿਲ ਕੇ ਇੱਕ ਉੱਥੇ ਛੱਪਰ ਜਿਹੜਾ ਝੌਂਪੜੀ ਦਾ ਨਿਰਮਾਣ ਕੀਤਾ, ਇੱਕ ਨਲਕਾ ਲਗਵਾਇਆ, ਕੋਈ ਚਾਰ ਦੀਵਾਰੀ ਨਹੀਂ ਸੀ। ਇਨਫੈਕਟ ਮੈਨੂੰ ਹੁਣ ਯਾਦ ਆਉਂਦਾ ਹੈ ਕਿ ਉਸ ਟਾਈਮ 'ਤੇ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਕੋਈ ਟੀਚਰ ਵੀ ਆਉਣ ਵਾਸਤੇ ਤਿਆਰ ਨਹੀਂ ਹੁੰਦਾ ਸੀ ਸ਼ਾਇਦ, ਤੋ ਇਸ ਕਰਕੇ ਥੋੜ ਰਹਿੰਦੀ ਸੀ ਟੀਚਰਾਂ ਦੀ। ਲੇਕਿਨ ਮੇਰਾ ਸਕੂਲ ਜਾਣ ਦਾ ਜਿਹੜਾ ਸਫ਼ਰ ਹੈ ਉਹ ਬੜਾ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਉਸ ਵੇਲੇ ਕਿੰਨਾ ਬੁਨਿਆਦੀ ਪੱਧਰ ਦਾ ਸੀ। ਮੈਂ ਉਸ ਪਰਿਵਾਰ ਨੂੰ ਬਿਲੋਂਗ ਕਰਦਾ ਸੀ ਜਿਹੜਾ ਇੱਕ ਲੋ ਮਿਡਲ ਕਲਾਸ ਪਰਿਵਾਰ ਸੀਗਾ। ਉਸ ਦੇ ਵਿੱਚ ਖੇਤੀ ਕਰਦੇ ਪਰਿਵਾਰ ਦੇ ਵਿੱਚ ਇੱਕ ਬੱਚਾ, ਜਿਸ ਨੂੰ ਇਹ ਝਾਕ ਰਹਿੰਦੀ ਸੀ ਕਿ ਮੇਰੇ ਫਾਦਰ ਜਿਹੜੇ ਆ, ਮੇਰੇ ਪਿਤਾ ਜੀ, ਉਹ ਖੇਤਾਂ ਦੇ ਵਿੱਚ ਜਦੋਂ ਖਾਦ ਪਾ ਕੇ ਖਾਲੀ ਬੋਰਾ ਲੈ ਕੇ ਆਉਣਗੇ, ਇੱਕ ਯੂਰੀਏ ਦਾ ਬੋਰਾ, ਚਿੱਟਾ ਥੱਲਾ, ਔਰ ਉਸ ਨੂੰ ਧੋ ਕੇ ਮੇਰੀ ਬੀਬੀ ਮੇਰੇ ਵਾਸਤੇ ਬਸਤਾ ਤਿਆਰ ਕਰਦੀ ਸੀ।
ਜਿਹੜਾ ਕਿ ਮੇਰਾ ਝੋਲਾ ਹੁੰਦਾ ਸੀ, ਥੈਲਾ ਕਹਿ ਲਓ, ਬੈਗ ਕਹਿ ਲੈਂਦੇ ਅੱਜ। ਔਰ ਉਸ ਦੇ ਨਾਲ ਦੂਸਰਾ ਬੋਰਾ ਜਿਹੜਾ ਹੁੰਦਾ ਸੀ ਖਾਦ ਦਾ, ਹੁੰਦਾ ਸੀ ਡਾਈ ਖਾਦ, ਸਾਡੇ ਖੇਤਾਂ ਦੇ ਵਿੱਚ ਕਣਕ ਨੂੰ ਪਾਉਂਦੇ ਸੀ। ਤਾਂ ਇਹ ਦੋਨੋਂ ਬੋਰੇ ਮੇਰੀ ਪੜ੍ਹਾਈ ਦੇ ਇੱਕ ਮੇਰੇ ਸਮਝ ਲਓ ਕਿ ਮੇਰੀ ਅਟਰੈਕਸ਼ਨ ਦਾ ਪਾਰਟ ਵੀ ਸੀ। ਜਿਹੜਾ ਡਾਈ ਖਾਦ ਦਾ ਬੋਰਾ ਸੀ ਉਹ ਥੱਲੇ ਵਿਛਾ ਕੇ ਅਸੀਂ ਆਪਣੀਆਂ ਜਮਾਤਾਂ ਲਾਉਂਦੇ ਸੀ, ਉਸ 'ਤੇ ਬੈਠ ਕੇ ਪੜ੍ਹਦੇ ਸੀ। ਅਤੇ ਜਿਹੜਾ ਯੂਰੀਆ ਦਾ ਬੋਰਾ ਸੀ ਉਹ ਮੇਰਾ ਥੈਲਾ ਹੁੰਦਾ ਸੀ, ਉਸ ਦੇ ਵਿੱਚ ਮੇਰੀ ਫੱਟੀ, ਮੇਰਾ ਕਾਇਦਾ, ਮੇਰੀ ਸਲੇਟ ਅਤੇ ਮੇਰੀ ਸਿਆਹੀ ਦੀ ਦੁਆਤ ਜਿਹੜੀ ਕਿ ਅਕਸਰ ਡੁੱਲ ਜਾਂਦੀ ਸੀ ਅਤੇ ਮੇਰਾ ਝੋਲਾ ਉਹਦੇ ਨਾਲ ਸਿਆਹੀ ਦੇ ਨਾਲ ਹੀ ਉਹ ਖਰਾਬ ਹੋ ਜਾਂਦਾ ਸੀ, ਲਿਬੜ ਜਾਂਦਾ ਸੀ। ਔਰ ਫਿਰ ਨਵੇਂ ਝੋਲੇ ਦੀ ਝਾਕ ਹੁੰਦੀ ਸੀ ਕਿ ਕਦੋਂ ਯੂਰੀਆ ਖਾਦ ਮੇਰੇ ਫਾਦਰ ਪਾਉਣਗੇ ਅਤੇ ਫਿਰ ਉਹ ਝੋਲਾ ਮੈਨੂੰ ਮਿਲੇਗਾ। ਸਤਨਾਮ ਸਿੰਘ ਮੇਰਾ ਬੇਟਾ ਬਹੁਤ ਮਲਾਪੜਾ ਸੀ, ਛੋਟਾ ਹੁੰਦਾ ਬਹੁਤ ਪਿਆਰ ਕਰਦਾ ਸੀ ਹਰ ਇੱਕ ਭੈਣ ਭਰਾ ਨਾਲ ਵੀ, ਭੈਣ ਚਾਚਿਆਂ ਤਾਇਆਂ ਨਾਲ ਵੀ, ਪਿੰਡ 'ਚ ਵੀ ਬਹੁਤ ਪਿਆਰ ਸੀ, ਕਿਸੇ ਨਾਲ ਇਹੋ ਜਿਹੀ ਗੱਲ ਨਹੀਂ ਸੀ ਹੈਗੀ ਈਰਖਾ ਭਾਜੀ ਵਾਲੀ। ਜਿਉਂ ਪੋਤੇ ਨੇ ਜਨਮ ਲਿਆ ਵਾ, ਅੱਜ ਦਿਨ ਹੋਰ ਕੱਲ੍ਹ ਹੋਰ, ਮਹਾਰਾਜ ਵੱਲੋਂ ਬਹੁਤ ਵਧੀਆ ਚੜ੍ਹਦੀ ਕਲਾ 'ਚ ਰਹੇ ਅਤੇ ਹੋਣਹਾਰ ਬੱਚਾ, ਅਤੇ ਉਹ ਇਸ ਸਕੂਲ 'ਚ ਉੱਠ ਕੇ ਅਤੇ ਪੜ੍ਹ ਕੇ ਉੱਥੇ ਉਹਨੇ ਕਾਮਯਾਬੀ ਆਪਦੀ ਕੀਤੀ ਪੂਰੀ। ਇੱਥੇ ਉਹਨੇ ਆਖਣਾ ਮੈਨੂੰ ਝੋਲਾ ਸਿਉਂ ਦੇ ਬੀਬੀ, ਮੈਂ ਉਹਨੂੰ ਨਾ ਬੋਰੀ ਦਾ ਝੋਲਾ ਸਿਉਂ ਦੇਣਾ। ਉਹ ਦਰਵਾਜ਼ ਹੀ ਸੀ ਬੈਗ ਬੂਗ ਅਤੇ ਬੇਟਾ ਹੈਗੇ ਕੋਈ ਨਹੀਂ ਸੀ, ਇਵੇਂ ਆਖ ਗਏ ਅਤੇ ਬੈਗ ਦਾ ਮੈਂ ਝੋਲਾ ਸਿਉਂ ਦੇਣਾ ਅਤੇ ਖੱਟੀ ਗਾਜ ਨਹੀਂ ਦਿਆਂ ਫੱਟੀ ਪੋਚ ਲੈਣੀ ਉਹਨੇ। ਉਹਨੇ ਆਖਣਾ ਬੜੇ ਮੇਰੇ ਅੱਖਰ ਉੱਠਦੇ ਇਹਦੇ ਉੱਤੇ, ਮੈਨੂੰ ਬੀਬੀ ਇਹ ਲਿਆ ਕੇ ਦਿਆ ਕਰ। ਫਿਰ ਮੈਂ ਉਹੀ ਲਿਆ ਕੇ ਦੇਣੀ ਸੋਹਣੀ ਫੱਟੀ ਦੇ ਉੱਤੇ ਲਿਖਾਈ ਕਰਨੀ ਪੁੱਤ, ਅਤੇ ਸੋਹਣੇ ਲੰਬਰ ਲੈਣੇ ਉਹਨੇ ਆਪਦੇ, ਆਪਦੇ ਹਿਸਾਬ ਤੋਂ ਵੱਧ ਸੀ ਉਹ। ਬੜੇ ਬੁਨਿਆਦੀ ਪੱਧਰ ਤੋਂ ਸਟਾਰਟ ਹੋਇਆ, ਲੇਕਿਨ ਮੇਰੀ ਖੁਸ਼ਕਿਸਮਤੀ ਇਹ ਸੀ ਕਿ ਜਿਹੜੇ ਮੇਰੇ ਦਾਦਾ ਜੀ ਨੇ ਉਹ, ਉਹਨਾਂ ਦਾ ਜੀਵਨ ਪੂਰਾ ਪਬਲਿਕ ਲਾਈਫ ਦਾ ਜੀਵਨ ਸੀਗਾ, ਮੇਰਾ ਭਾਵ ਕਿ ਸਮਾਜ ਸੇਵਾ ਵਾਲਾ ਜੀਵਨ ਸੀ। ਪਾਕਿਸਤਾਨ ਬਣਨ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਸੀ ਕਿਸਾਨਾਂ ਨੂੰ, ਦਰਪੇਸ਼ ਸਮੱਸਿਆਵਾਂ ਹੁੰਦੀਆਂ ਸੀ, ਉਹਨਾਂ ਨੂੰ ਲੈ ਕੇ ਉਹਨਾਂ ਨੇ ਸੰਗਠਨ ਤਿਆਰ ਕੀਤਾ। ਉਸ ਵੇਲੇ ਜ਼ਿਮੀਂਦਾਰਾਂ ਯੂਨੀਅਨ ਸੀ, ਬਾਅਦ ਦੇ ਵਿੱਚ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ, ਇਸ ਤਰੀਕੇ ਦੇ ਸੰਗਠਨ ਬਣ ਕੇ ਉਹ ਅੱਜ ਸਾਡੇ ਸਾਹਮਣੇ ਇੱਕ ਨੈਸ਼ਨਲ ਲੈਵਲ ਦਾ ਸੰਗਠਨ ਹੈ। ਲੇਕਿਨ ਮੇਰੇ ਦਾਦਾ ਜੀ ਇਹਦੇ ਮੋਢੀਆਂ ਵਿੱਚੋਂ ਇੱਕ ਸੀ, ਫਾਊਂਡਰ ਸੀ, ਸਰਦਾਰ ਡੋਗਰ ਸਿੰਘ ਉਹਨਾਂ ਦਾ ਨਾਮ ਸੀ। ਔਰ ਸਾਡੇ ਘਰ ਦੇ ਵਿੱਚ ਕਿਸਾਨ ਨੇਤਾਵਾਂ ਦਾ ਆਉਣਾ ਜਾਣਾ ਰਹਿੰਦਾ ਸੀ, ਕਿਸਾਨ ਸਮੱਸਿਆਵਾਂ ਦਾ ਜ਼ਿਕਰ ਹੁੰਦਾ ਸੀ। ਔਰ ਮੈਨੂੰ ਜਿਹੜੀ ਲਰਨਿੰਗ ਮਿਲੀ ਆ ਸਭ ਤੋਂ ਵੱਡੀ, ਜਿਹੜੀ ਬੁਨਿਆਦੀ ਤੌਰ 'ਤੇ ਮੈਂ ਜਿੱਥੋਂ ਥੋੜ੍ਹੀ ਬਹੁਤੀ ਸੋਝੀ ਪ੍ਰਾਪਤ ਕੀਤੀ ਹੈ ਕਿ ਸਾਡੇ ਘਰ ਉਸ ਵੇਲੇ ਇੱਕ ਅਖਬਾਰ ਆਉਂਦਾ ਸੀ, ਪੰਜਾਬੀ ਟ੍ਰਿਬਿਊਨ। ਪੰਜਾਬੀ ਟ੍ਰਿਬਿਊਨ ਅਖਬਾਰ ਮੇਰੇ ਦਾਦਾ ਜੀ, ਕਿਉਂਕਿ ਪੜ੍ਹੇ ਲਿਖੇ ਨਹੀਂ ਸੀ ਬਹੁਤੇ, ਪੰਜਾਬੀ ਟ੍ਰਿਬਿਊਨ ਅਖਬਾਰ ਇਸ ਕਰਕੇ ਮੰਗਵਾਇਆ ਜਾਂਦਾ ਸੀ ਕਿ ਨਿਰਪੱਖ ਸ਼ਾਇਦ ਉਹ ਅਖਬਾਰ ਹੈ, ਅਤੇ ਉਹ ਚੰਡੀਗੜ੍ਹ ਤੋਂ ਇੱਕ ਹੀ ਅਖਬਾਰ ਬੱਸ ਦੇ ਰਹੀ ਸਾਡੇ ਘਰ ਪਹੁੰਚਦਾ ਸੀ ਦੁਪਹਿਰੋਂ ਬਾਅਦ। ਮੇਰੀ ਡਿਊਟੀ ਹੁੰਦੀ ਸੀ ਉਹ ਅਖਬਾਰ ਪੜ੍ਹ ਕੇ ਆਪਣੇ ਦਾਦਾ ਜੀ ਨੂੰ ਸੁਣਾਉਣਾ, ਔਰ ਅਖਬਾਰ ਪੜ੍ਹਨ ਦਾ ਕੰਮ ਹੀ ਇੰਨਾ ਸ਼ਿੱਦਤ ਨਾਲ ਮੇਰੇ ਤੋਂ ਕਰਵਾਉਂਦੇ ਸੀ ਕਿ ਪਹਿਲੇ ਪੇਜ ਤੋਂ ਲੈ ਕੇ ਪਹਿਲੇ ਕੌਲਮ ਤੋਂ ਲੈ ਕੇ ਅਖੀਰਲੇ ਪੰਨੇ ਤੱਕ, ਅਖੀਰਲੇ ਕੌਲਮ ਤੱਕ ਸਾਰਾ ਅਖਬਾਰ ਪੜ੍ਹਨਾ ਬੜਾ ਮੁਸ਼ਕਲ ਲੱਗਦਾ ਸੀ ਕਿ ਮੈਨੂੰ ਕਿਹੜਾ ਕੰਮ ਮਿਲ ਗਿਆ। ਅਤੇ ਮੇਰੇ ਬਾਪੂ ਜੀ, ਮੈਂ ਬਾਪੂ ਜੀ ਕਹਿੰਦਾ ਸੀ ਆਪਣੇ ਦਾਦਾ ਜੀ ਨੂੰ, ਉਹ ਅਖਬਾਰ ਪੜ੍ਹਦਿਆਂ ਪੜ੍ਹਦਿਆਂ ਮਜਬੂਰੀ 'ਚ ਮੈਨੂੰ ਉਹਦਾ ਥੋੜ੍ਹਾ ਚਸਕਾ ਲੱਗ ਗਿਆ, ਮੈਨੂੰ ਚੰਗਾ ਲੱਗਣ ਲੱਗ ਗਿਆ, ਮੈਨੂੰ ਨਿਊਜ਼ ਦੀ ਸਮਝ ਆਉਣ ਲੱਗੀ, ਮੈਨੂੰ ਮਸਲਿਆਂ ਦੀ ਸਮਝ ਆਉਣ ਲੱਗੀ, ਮੈਨੂੰ ਐਡੀਟੋਰੀਅਲ ਨੋਟ ਜਿਹੜੇ ਸੀਗੇ, ਜਿਹੜੇ ਓਪੀਨੀਅਨ ਪੇਜ ਸੀ, ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਣਾ, ਕਿਉਂਕਿ ਬਹੁਤ ਲੰਬੇ ਹੁੰਦੇ ਸੀ, ਪਰ ਮੈਨੂੰ ਪੜ੍ਹਨੇ ਪੈਂਦੇ ਸੀ। ਮੈਨੂੰ ਬਹੁਤ ਸਾਰੀਆਂ ਗੱਲਾਂ ਸੁਭਾਵਿਕ ਤਰੀਕੇ ਨਾਲ ਸਮਝ ਆਉਣ ਲੱਗੀਆਂ, ਜਾਂ ਕਹਿ ਸਕਦਾ ਕਿ ਇਨਫੋਰਮਲ ਐਜੂਕੇਸ਼ਨ ਜਿਹੜੀ ਹੈ ਮੇਰੀ ਉੱਥੋਂ ਸ਼ੁਰੂ ਹੋਈ। ਉਸ ਦੇ ਨਾਲ ਮੈਂ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਲੱਗਿਆ ਜਿਵੇਂ ਜਿਵੇਂ ਮੈਂ ਅੱਗੇ ਵਧਿਆ। ਔਰ ਆਪਣੇ ਮੇਰੇ ਫਾਦਰ ਸਾਹਿਬ ਜਿਹੜੇ ਆ, ਮੇਰੇ ਪਿਤਾ ਜੀ ਸਰਦਾਰ ਪਿੱਪਲ ਸਿੰਘ, ਉਹਨਾਂ ਦੇ ਇੱਕ ਆਪਣੀ ਤਰ੍ਹਾਂ ਦਾ ਸੁਭਾਅ ਸੀ, ਉਹ ਮੈਂ ਕਹਿ ਸਕਦਾ ਕਿ ਕਰਮਯੋਗੀ ਇਨਸਾਨ ਸੀ। ਖੇਤਾਂ ਵਿੱਚ ਰਹਿਣਾ, ਖੇਤ ਉਸ ਵੇਲੇ ਡਿਵੈਲਪ ਕਰਨੇ, ਖੇਤ ਉਸ ਵੇਲੇ ਇੰਨੇ ਵਧੀਆ ਨਹੀਂ ਸੀ ਹਾਲਾਤ, ਉੱਥੇ ਸ਼ੋਰਾ ਸੀ, ਕਲਰ ਸੀ, ਫਸਲ ਨਹੀਂ ਹੁੰਦੀ ਸੀ,
ਮੈਨੂੰ ਉਹਨਾਂ ਨੇ ਆਪਣੇ ਨਾਲ ਖੇਤਾਂ ਦੇ ਵਿੱਚ ਲਗਾ ਕੇ ਇੰਨਾ ਪਰਪੱਕ ਬਣਾਇਆ ਖੇਤੀ ਦੇ ਵਿੱਚ ਕਿ ਮੇਰੀਆਂ ਛੋਟੀਆਂ ਛੋਟੀਆਂ ਗਲਤੀਆਂ 'ਤੇ ਵੀ ਮੈਨੂੰ ਡਾਂਟ ਪੈਂਦੀ ਸੀ। ਔਰ ਮੈਂ ਅਗਰ ਆਪਣੀ ਲਾਈਫ ਦੇ ਵਿੱਚ, ਕਿਉਂਕਿ ਮੈਂ ਹੁਣ ਐਜੂਕੇਸ਼ਨ ਦੀ ਦੁਨੀਆ ਵਿੱਚ ਹਾਂ, ਮੈਂ ਸਿੱਖਿਆ ਜਗਤ ਵਿੱਚ ਹਾਂ, ਇੱਥੇ ਉਹਨਾਂ ਗੱਲਾਂ ਨੂੰ ਐਕਸੀਲੈਂਸ ਕਹਿੰਦੇ ਆ, ਉਹਨਾਂ ਚੀਜ਼ਾਂ ਨੂੰ ਪਰਫੈਕਸ਼ਨ ਕਹਿੰਦੇ ਆ, ਜਿਹੜੀਆਂ ਚੀਜ਼ਾਂ ਮੇਰੇ ਪਿਤਾ ਜੀ ਨੇ ਮੈਨੂੰ ਆਪਣੇ ਖੇਤਾਂ ਦੇ ਵਿੱਚ ਸਿਖਾਈਆਂ ਕਿ ਕਿਸ ਤਰੀਕੇ ਨਾਲ ਖੇਤੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਟੈਕਨੀਕਲ ਕੰਮ ਹੈਗਾ, ਮੈਂ ਸਮਝਦਾ ਉਸ ਦੇ ਵਿੱਚ ਬਹੁਤ ਸਾਰੀਆਂ ਟੈਕਨੀਕਲਟੀਜ਼ ਮੌਜੂਦ ਨੇ, ਲੇਕਿਨ ਮੈਨੂੰ ਪ੍ਰਾਊਡ ਫੀਲ ਹੁੰਦਾ ਹੈ ਕਿ ਜੋ ਗੱਲਾਂ ਮੇਰੇ ਪਿਤਾ ਜੀ ਨੇ ਸਿਖਾਈਆਂ ਮੈਨੂੰ ਖੇਤਾਂ ਵਿੱਚ, ਅੱਜ ਮੈਨੂੰ ਉਹ ਆਪਣੇ ਜਿਹੜੀ ਰਿਸਪੋਂਸੀਬਿਲਟੀ ਮੇਰੀ ਬੀਇੰਗ ਚਾਂਸਲਰ ਮੈਂ ਆਪਣੀ ਯੂਨੀਵਰਸਿਟੀ ਵਿੱਚ ਕਰ ਰਿਹਾ, ਮੈਂ ਇਹਨਾਂ ਨੂੰ ਕੋਰਲੇਟ ਕਰ ਸਕਦਾ ਕਿ ਕਿਸ ਤਰੀਕੇ ਦੇ ਨਾਲ ਪਰਫੈਕਸ਼ਨ ਵਾਸਤੇ ਕੰਮ ਕਰਦੇ ਹਾਂ। ਮੇਰੇ ਪਿਤਾ ਜੀ ਨੇ ਮੈਨੂੰ ਸਿਖਾਇਆ ਕਿ ਅਸੀਂ ਨੇਚਰ ਤੋਂ ਐਕਸੀਲੈਂਸ ਕਿਵੇਂ ਸਿੱਖ ਸਕਦੇ ਹਾਂ, ਅਸੀਂ ਕੁਦਰਤ ਤੋਂ, ਕੁਦਰਤ ਦੇ ਨਿਯਮਾਂ ਤੋਂ ਆਪਣੇ ਜੀਵਨ ਦੇ ਵਿੱਚ ਕਿਵੇਂ ਸਿੱਖ ਸਕਦੇ ਹਾਂ। ਇਸ ਤਰੀਕੇ ਨਾਲ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ। ਮੇਰਾ ਐਜੂਕੇਸ਼ਨ ਦਾ ਪੱਧਰ ਇੰਨਾ ਵਧੀਆ ਨਹੀਂ ਸੀ, ਲੇਕਿਨ ਮੈਨੂੰ ਕੁਦਰਤ ਨੇ ਬਹੁਤ ਮੌਕੇ ਵੀ ਦਿੱਤੇ। ਮੇਰੇ ਪਿੰਡ ਦੇ ਸਕੂਲ ਦੇ ਵਿੱਚੋਂ ਸਹੂਲਤਾਂ ਨਹੀਂ ਸੀ, ਫਿਰ ਮੇਰਾ ਕਸਬਾ ਹੈਗਾ ਉੱਥੇ ਹਾਈ ਸਕੂਲ, ਮੇਰਾ ਸਰਕਾਰੀ ਹਾਈ ਸਕੂਲ ਮੱਖੂ ਦੇ ਵਿੱਚ ਮੈਂ 10ਵੀਂ ਪਾਸ ਕੀਤੀ। ਮੈਂ ਗੁਰਦਾਸ ਸਿੰਘ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਮੱਖੂ ਵਿਖੇ ਪ੍ਰਿੰਸੀਪਲ ਦੇ ਤੌਰ 'ਤੇ ਕੰਮ ਕੀਤਾ। ਇੱਕ ਵਾਰ ਦੀ ਗੱਲ ਆ ਕਿ ਉਹ ਸਕੂਲ 'ਚੋਂ ਲੇਟ ਹੋ ਗਏ, ਲੇਟ ਹੋਏ ਅਤੇ ਮੈਂ ਆਮ ਤੌਰ 'ਤੇ ਗੇਟ ਦੇ ਉੱਤੇ ਖੜ੍ਹਾ ਹੁੰਦਾ ਸੀ, ਜਿਹੜੇ ਲੇਟ ਵਿਦਿਆਰਥੀ ਹੁੰਦੇ ਸੀ ਉਹਨੂੰ ਮੈਂ ਪਨਿਸ਼ ਨਹੀਂ ਕਰਦਾ ਸੀ। ਮੈਂ ਇਹੋ ਕਹਿੰਦਾ ਹੁੰਦਾ ਸੀ ਵੀ ਤੁਸੀਂ ਜਦੋਂ ਲੇਟ ਹੋਵੋ ਨਾ ਤਾਂ ਦੌੜ ਕੇ ਆਓ, ਤਾਂ ਕਿ ਟੀਚਰ ਨੂੰ ਇਹ ਪਤਾ ਲੱਗੇ ਵੀ ਤੁਸੀਂ ਲੇਟ ਹੋਣਾ ਮਹਿਸੂਸ ਕੀਤਾ। ਜੇ ਤੁਸੀਂ ਆਉਂਦੇ ਵੀ ਆਰਾਮ ਨਾਲ ਹੋ, ਲੇਟ ਵੀ ਹੋ, ਅਤੇ ਤੁਸੀਂ ਡਬਲ ਕੰਪਲੇਟ ਹੋ ਜਾਂਦੇ ਹੋ, ਅਤੇ ਡਬਲ ਕਸੂਰ ਹੋ ਜਾਂਦਾ ਤੁਹਾਡਾ। ਤਾਂ ਇਹ ਸਤਨਾਮ ਸਿੰਘ ਇੰਨੀ ਜ਼ੋਰ ਦੀ ਭੱਜਿਆ ਕਿ ਮੈਂ ਹੱਸ ਕੇ ਮੈਂ ਦੇਖੀ ਡੇਗ ਨਾ ਪਈ, ਹੋਰ ਤਾਂ ਕੋਈ ਗੱਲ ਨਹੀਂ, ਤੈਨੂੰ ਕੋਈ ਕਹਿੰਦਾ ਕੁਛ ਨਹੀਂ। ਅਤੇ ਕਹਿੰਦਾ ਨਹੀਂ ਜੀ, ਮੈਂ ਘਰੋਂ ਤਾਂ ਟਾਈਮ ਸਿਰ ਹੀ ਆਇਆ ਸੀ, ਰਾਹ ਦੇ ਵਿੱਚ ਮੇਰਾ ਸਾਈਕਲ ਪੰਕਚਰ ਹੋ ਗਿਆ ਸੀ। ਮੈਂ ਕਿਹਾ ਵਾਹ, ਵੀ ਪੁਰਾਣਾ ਬਹਾਨਾ ਹੋ ਗਿਆ ਤੇਰਾ। ਕਹਿੰਦਾ ਨਹੀਂ ਜੀ, ਅੱਜ ਮੇਰਾ ਸਾਈਕਲ ਸੇਵਾ ਸਿੰਘ ਦੀ ਦੁਕਾਨ 'ਤੇ, ਸੇਵਾ ਸਿੰਘ ਇੱਕ ਪੰਕਚਰ ਲਾਉਣ ਵਾਲਾ ਵਿਅਕਤੀ ਸੀ, ਉਹਦੀ ਦੁਕਾਨ 'ਤੇ ਵਾਕਈ ਉਸ ਮੈਂ ਇੱਕ ਵਿਦਿਆਰਥੀ ਭੇਜਿਆ ਵੀ ਸੇਵਾ ਸਿੰਘ ਦੀ ਦੁਕਾਨ 'ਤੇ ਜਾ ਕੇ ਸਤਨਾਮ ਸਿੰਘ ਦਾ ਸਾਈਕਲ ਦੇਖ ਕੇ ਆ, ਵੀ ਵਾਕਈ ਪੰਕਚਰ ਆ ਕੇ। ਉਸਨੇ ਦੱਸਿਆ ਹਾਂ ਜੀ ਵਾਕਈ, ਜਾਣੀ ਕਿ ਸੱਚਵਾਦੀ, ਕੋਈ ਚੀਜ਼ ਲੁਕਾਉਣ ਵਾਲਾ ਨਹੀਂ ਸੀ। ਜੇ ਉਹਦੇ ਵਿੱਚ ਨੁਕਸਾ, ਉਹ ਆਪਣੇ ਆਪ ਹੀ ਕਹਿੰਦਾ ਜੀ ਮੈਂ ਤੋਂ ਆਹ ਗਲਤੀ ਹੋ ਗਈ। ਗੋਡ ਹੈਲਪਸ ਦੋਜ਼ ਹੂ ਹੈਲਪ ਦੈਮਸੈਲਵਸ। ਜੇ ਬੱਚਾ ਆਪ ਕੰਮ ਕਰੇਗਾ ਫਿਰ ਰੱਬ ਉਸਦੀ ਮਦਦ ਕਰੇਗਾ। ਜਿਹੜੇ ਬੱਚੇ ਨੇ ਆਪ ਵੀ ਖੁਦ ਨਹੀਂ ਕਰਨਾ, ਰੱਬ ਉਸਦੀ ਕੀ ਮਦਦ ਕਰੇਗਾ। ਇਹ ਬੱਚੇ ਨੇ ਕਾਫੀ ਕੁਝ ਪ੍ਰਾਪਤ ਕੀਤਾ ਸਕੂਲਾਂ ਵਿੱਚੋਂ, ਕਾਲਜਾਂ ਵਿੱਚੋਂ। ਤਾਂ ਇਹ ਪੱਕਾ ਸੀ ਕਿ ਕਿਸੇ ਨਾ ਕਿਸੇ ਵਕਤ ਜਾਂ ਤਾਂ ਇਹ ਐਡਮਿਨਿਸਟ੍ਰੇਟਰ ਬਣੇਗਾ, ਜਾਂ ਇਹ ਤਕੜਾ ਐਜੂਕੇਸ਼ਨਿਸਟ ਬਣੇਗਾ, ਜਾਂ ਇਹ ਕੋਈ ਕਿਸੇ ਨਾ ਕਿਸੇ ਉੱਚ ਪਦਵੀ ਨੂੰ ਪ੍ਰਾਪਤ ਕਰੇਗਾ। ਸੋ ਸਾਨੂੰ ਤਾਂ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਸਕੂਲ ਦਾ ਅਤੇ ਸਾਡੇ ਇਸ ਪਿੰਡ ਦਾ ਜਾਂ ਮੱਖੂ ਦਾ ਕੋਈ ਵਿਦਿਆਰਥੀ ਨੇ ਐਡਾ ਵੱਡਾ ਮੁਕਾਮ ਹਾਸਲ ਕੀਤਾ ਕਿ ਕਿਸੇ ਯੂਨੀਵਰਸਿਟੀ ਦਾ ਚਾਂਸਲਰ ਹੋਣਾ ਇੱਕ ਕੋਈ ਮਾਮੂਲੀ ਗੱਲ ਨਹੀਂ, ਇਹ ਬਹੁਤ ਵੱਡੀ ਪ੍ਰਾਪਤੀ ਹੈ ਜਿਹੜੀ ਕਿ ਸਤਨਾਮ ਸਿੰਘ ਸੰਧੂ ਦੇ ਹਿੱਸੇ ਆਈ ਹੈ। ਉੱਥੇ ਮੇਰੇ ਨਾਲ ਇੱਕ ਹੋਰ ਗੱਲ ਜੁੜੀ ਹੋਈ ਜਿਹੜੀ ਮੈਂ ਸਾਂਝੀ ਕਰਨੀ ਚਾਹੂੰਗਾ ਕਿ ਮੇਰੇ ਦਾਦਾ ਜੀ, ਕਿਉਂਕਿ ਉਹ ਸਮਾਜ ਦੇ ਵਿੱਚ ਵਿਚਰਦੇ ਸੀ, ਸਮਾਜਿਕ ਸਰੋਕਾਰਾਂ ਦੀ ਉਹਨਾਂ ਨੂੰ ਬੜੀ ਚਿੰਤਾ ਰਹਿੰਦੀ ਸੀ, ਅਤੇ ਸਾਡੇ ਇਲਾਕੇ ਦੇ ਵਿੱਚ ਕੋਈ ਚੰਗਾ ਡਾਕਟਰ ਨਹੀਂ ਸੀ, ਅਤੇ ਮੇਰੇ ਦਾਦਾ ਜੀ ਦੀ ਇੱਛਾ ਸੀ ਕਿ ਮੇਰਾ
ਜਦੋਂ ਪੋਤਾ ਹੋਏਗਾ, ਕਿਉਂਕਿ ਮੇਰੇ ਪਿਤਾ ਜੀ ਵੀ ਚੰਗਾ ਨਹੀਂ ਪੜ੍ਹ ਸਕੇ ਸੀ, ਉਹ ਅੱਠਵੀਂ ਤੋਂ ਅੱਗੇ ਨਹੀਂ ਪੜ੍ਹ ਸਕੇ ਸੀਗੇ, ਅੱਠ ਜਮਾਤਾਂ ਪਾਸ ਸੀਗੇ। ਉਹਨਾਂ ਦੀ ਇੱਛਾ ਸੀ ਕਿ ਮੈਂ ਆਪਣੇ ਪੋਤੇ ਨੂੰ ਡਾਕਟਰ ਬਣਾਵਾਂ, ਇਹ ਇੱਛਾ ਸੀ। ਮੈਨੂੰ ਸਮਝਾਉਂਦੇ ਰਹਿੰਦੇ ਸੀ ਕਿ ਤੂੰ ਡਾਕਟਰ ਬਣਾ, ਲੇਕਿਨ ਜਿਸ ਲੈਵਲ ਦੀ ਕੰਪੀਟੈਂਸੀ ਸਕੂਲ ਲੈਵਲ 'ਤੇ ਚਾਹੀਦੀ ਸੀ ਮੈਨੂੰ ਨਹੀਂ ਮਿਲੀ। ਮੇਰੀ ਕਮਿਊਨੀਕੇਸ਼ਨ ਸਕਿੱਲ, ਮੈਨੂੰ ਇੰਗਲਿਸ਼ ਨਹੀਂ ਆਉਂਦੀ ਸੀ, ਮੈਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਹੋਰ ਸਾਇੰਸ ਬਾਰੇ ਵੀ ਮੈਂ ਨਾ ਸਟਰੋਂਗ ਨਹੀਂ ਹੈਗਾ ਸੀ। ਅਤੇ ਮੇਰੇ ਦਾਦਾ ਜੀ ਦੀ ਇੱਛਾ ਮੁਤਾਬਕ ਮੈਨੂੰ ਮੈਡੀਕਲ ਸਬਜੈਕਟ ਲੈਣੇ ਪੈ ਗਏ, ਔਰ ਉਸ ਵੇਲੇ ਪ੍ਰੈਪ ਹੁੰਦੀ ਸੀ, ਪ੍ਰੀ ਮੈਡੀਕਲ ਦੇ ਵਿੱਚ ਦਾਖਲਾ ਲੈ ਲਿਆ। ਕੋਈ ਸਮਝ ਨਾ ਆਵੇ ਉੱਥੇ ਬੜੀ ਮੁਸ਼ਕਲ ਆਉਂਦੀ ਸੀਗੀ, ਕਿ ਇੱਕ ਡਿਟਰਮੀਨੇਸ਼ਨ ਸੀਗੀ ਦਾਦਾ ਜੀ ਨੇ ਕਿਹਾ। ਅਤੇ ਨਟ ਸ਼ੈਲ, ਮੈਂ ਆਪਣੀ ਮੈਡੀਕਲ ਦੀ ਪੜ੍ਹਾਈ ਨੂੰ ਕੰਟੀਨਿਊ ਨਹੀਂ ਕਰ ਸਕਿਆ, ਅਤੇ ਮੈਂ ਫਿਰ ਸਰੈਂਡਰ ਕਰ ਦਿੱਤਾ ਆਪਣੇ ਦਾਦਾ ਜੀ ਮੂਹਰੇ ਕਿ ਮੈਂ ਇਹ ਜਿਹੜੀ ਡਾਕਟਰ ਬਣਨ ਦੀ ਤੁਹਾਡੀ ਇੱਛਾ ਮੈਂ ਪੂਰੀ ਨਹੀਂ ਕਰ ਸਕਦਾ। ਅਤੇ ਉਸ ਤੋਂ ਬਾਅਦ ਫਿਰ ਮੈਂ ਆਰਟਸ ਦੇ ਸਬਜੈਕਟ ਲੈ ਲਏ, ਉਸ ਵੇਲੇ ਪਲੱਸ ਵਨ ਟੂ ਹਲੇ ਸ਼ੁਰੂ ਹੋਈ ਸੀ। ਔਰ ਆਰਟਸ ਦੇ ਸਬਜੈਕਟ ਪੜ੍ਹਦਿਆਂ ਪੜ੍ਹਦਿਆਂ ਉੱਥੇ ਕਾਲਜ ਦੇ ਵਿੱਚ ਕੋਈ ਇੱਕ ਸਮੱਸਿਆ ਪੈਦਾ ਹੋ ਗਈ, ਜਿੱਥੇ ਵਿਦਿਆਰਥੀ ਸੰਘਰਸ਼ ਸ਼ੁਰੂ ਹੋ ਗਿਆ। ਮੈਂ ਛੋਟਾ ਸੀ, ਮੈਂ ਸਾਰਿਆਂ ਤੋਂ ਛੋਟਾ ਸੀਗਾ, ਜੂਨੀਅਰ ਕਲਾਸ ਦੇ ਵਿੱਚ ਸੀ, ਲੇਕਿਨ ਉੱਥੇ ਮੇਰੇ ਹੋਰ ਰਿਸ਼ਤੇਦਾਰ ਜਿਹੜੇ ਸੀ ਪੜ੍ਹਦੇ ਸੀ ਉਹ ਕਾਫੀ ਸੀਨੀਅਰ ਸੀ ਅਤੇ ਲੀਡਰਸ ਟਾਈਪ ਸੀਗੇ ਉਹ। ਔਰ ਉਹਨਾਂ ਨਾਲ ਮਿਲ ਕੇ ਜਦੋਂ ਵਿਦਿਆਰਥੀ ਸੰਘਰਸ਼ ਦੇ ਵਿੱਚ, ਮੈਂ ਦਾਦਾ ਜੀ ਤੋਂ ਬਹੁਤ ਗੱਲਾਂ ਸਿੱਖੀਆਂ ਸੀ, ਸੁਣੀਆਂ ਸੀ, ਉਹਨਾਂ ਦੇ ਨਾਲ ਜਾਂਦਾ ਸੀਗਾ। ਜਦੋਂ ਉਹਨਾਂ ਨੂੰ ਕਿਤੇ ਜਾਣਾ ਹੁੰਦਾ ਸੀ, ਮੈਂ ਆਪਣੀ ਜੀਪ ਜਿਹੜੀ ਸਾਡੇ ਕੋਲ ਹੁੰਦੀ ਸੀ ਇੱਕ, ਉਸ ਨੂੰ ਡਰਾਈਵ ਕਰਕੇ ਵੀ ਲੈ ਕੇ ਜਾਂਦਾ ਸੀ। ਉਹਨਾਂ ਦੀਆਂ ਦਰੀਆਂ ਵੀ ਧਰਨੇ ਵਾਸਤੇ ਜਦੋਂ ਵਿਛਾਉਂਦੇ ਸੀ ਮੈਂ ਨਾਲ ਲੱਗਦਾ ਸੀ, ਉਹਨਾਂ ਦੇ ਸਪੀਕਰ ਦਾ ਇੰਤਜ਼ਾਮ ਵੀ ਮੈਂ ਕਰਦਾ ਸੀ, ਥੋੜ੍ਹਾ ਬਹੁਤ ਕਦੇ ਕਦੇ ਮੈਂ ਮਾਈਕ ਵੀ ਫੜ ਲੈਂਦਾ ਸੀ ਉਹਨਾਂ ਤੋਂ। ਤਾਂ ਉੱਥੋਂ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੋ ਕੇ ਮੈਂ ਵਿਦਿਆਰਥੀ ਜੀਵਨ ਦੇ ਵਿੱਚ ਇੱਕ ਸੰਘਰਸ਼ ਵਾਲੀ ਪਹਿਲੀ ਝਲਕ ਉਸ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਤੋਂ ਦੇਖੀ। ਉਹ ਸੰਘਰਸ਼ ਲੰਬਾ ਚੱਲਿਆ, ਔਰ ਲੰਬਾ ਚੱਲਣ ਦੇ ਨਾਲ ਸਾਨੂੰ ਉਸ ਕਾਲਜ ਤੋਂ ਹਟ ਕੇ ਮੈਂ ਮੋਗੇ, ਗੁਰੂ ਨਾਨਕ ਕਾਲਜ ਮੋਗਾ ਦੇ ਵਿੱਚ ਪੜ੍ਹਨ ਲੱਗਿਆ। ਮੈਂ ਗ੍ਰੈਜੂਏਸ਼ਨ ਕੀਤੀ, ਲੇਕਿਨ ਗੁਰੂ ਨਾਨਕ ਕਾਲਜ ਮੋਗਾ, ਜਾਂ ਮੈਂ ਕਹਾਂ ਕਿ ਮਾਲਵੇ ਦੀ ਸਰਜਮੀ, ਕਿਉਂਕਿ ਥੋੜ੍ਹਾ ਕਲਚਰਲ ਫਰਕ ਹੈਗਾ, ਅਸੀਂ ਬੇੜ ਦੇ ਇਲਾਕੇ ਵਿੱਚੋਂ ਸੀ, ਔਰ ਮੈਨੂੰ ਆ ਕੇ ਲੱਗਿਆ ਕਿ ਮਾਲਵਾ ਪ੍ਰੋਗਰੈਸਿਵ ਇਲਾਕਾ ਹੈਗਾ, ਇੱਥੇ ਦੇ ਲੋਕ ਪ੍ਰੋਗਰੈਸਿਵ ਨੇ, ਔਰ ਇਹ ਮੇਰੇ ਵਾਸਤੇ ਸਹੀ ਸਾਬਤ ਵੀ ਹੋਇਆ। ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੋਗਾ ਪੜ੍ਹਦਿਆਂ, ਲੇਕਿਨ ਇੱਥੇ ਜਿਹੜੀਆਂ ਚੁਣੌਤੀਆਂ ਸੀ ਉਸ ਵੇਲੇ ਖਾੜਕੂਵਾਦ ਦਾ ਸਮਾਂ ਸੀ, ਅਤੇ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਹਾਲਾਤ ਕਾਲਜ ਦੇ ਵਿੱਚ ਪੜ੍ਹਾਈ ਵਾਲੇ ਬਿਲਕੁਲ ਹੀ ਨਹੀਂ ਸੀਗੇ। ਇਹ ਵੱਖਰੀ ਗੱਲ ਹੈ ਕਿ ਅਸੀਂ ਵੀ ਬਹੁਤ ਜ਼ਿਆਦਾ ਹੁਸ਼ਿਆਰ ਵਿਦਿਆਰਥੀਆਂ ਵਿੱਚੋਂ ਨਹੀਂ ਸੀ, ਲੇਕਿਨ ਇੱਕ ਸੈਂਸੀਬਲ ਵਿਦਿਆਰਥੀ ਵਾਲਾ ਜ਼ਰੂਰ ਸ਼ੁਰੂ ਤੁਰਿਆ ਕਿ ਮੈਂ, ਕਿਉਂਕਿ ਪਿਤਾ ਜੀ ਦੀ ਸਿੱਖਿਆ ਹੀ ਐਸੀ ਸੀ ਕਿ ਮੈਂ ਕਾਇਦੇ ਕਾਨੂੰਨ ਦੇ ਵਿੱਚ ਹੀ ਰਹਿ ਕੇ ਚੱਲਣਾ ਆਪਣੀ ਭਲਾਈ ਸਮਝਦਾ ਸੀ, ਜਾਂ ਮੇਰੇ ਇੱਕ ਇਸ ਤਰ੍ਹਾਂ ਦਾ ਲਾਈਫ ਸਟਾਈਲ ਦਾ ਹਿੱਸਾ ਸੀ। ਗੁਰੂ ਨਾਨਕ ਕਾਲਜ ਮੋਗਾ ਤੋਂ ਮੇਰੇ ਵਿਦਿਆਰਥੀ ਜੀਵਨ ਦੇ ਸੰਘਰਸ਼ ਦੀ ਕਹਾਣੀ ਸ਼ੁਰੂ ਹੁੰਦੀ ਹੈ। ਉੱਥੇ ਅਸੀਂ ਇੱਕ ਗਰੁੱਪ ਬਣਾਇਆ, ਅਸੀਂ ਫੈਸਲਾ ਕੀਤਾ ਕਿ ਇੱਥੇ ਠੀਕ ਹੈ, ਖਾੜਕੂਵਾਦ ਹੈ, ਹਰ ਰੋਜ਼ ਮੁਕਾਬਲੇ ਹੁੰਦੇ ਸੀ, ਘਟਨਾਵਾਂ ਹੁੰਦੀਆਂ ਸੀ, ਜਿਸ ਕਰਕੇ ਕਾਲਜ ਦੀ ਪੜ੍ਹਾਈ ਬੰਦ ਕਰ ਦਿੱਤੀ ਜਾਂਦੀ ਸੀ। ਅਸੀਂ ਐਫਰਟ ਕਰਕੇ ਉਹ ਕਲਚਰ ਦੇ ਵਿੱਚ ਅਸੀਂ ਕਲਾਸਾਂ ਲੱਗਣੀਆਂ ਸ਼ੁਰੂ ਹੋਈਆਂ। ਫਿਰ ਅਸੀਂ ਹੌਲੀ ਹੌਲੀ ਕੰਮ ਕਰਦੇ ਕਰਦੇ ਇੱਕ ਵਿਦਿਆਰਥੀ ਸੰਗਠਨ ਤਿਆਰ ਕੀਤਾ, ਔਰ ਮੈਂ ਜਿਹੜੀ ਉੱਥੇ ਦੀ ਸਟੂਡੈਂਟ ਯੂਨੀਅਨ ਸੀ ਉਸਦਾ ਪ੍ਰਧਾਨ ਬਣਿਆ। 3 ਸਾਲ ਮੈਂ ਉੱਥੇ ਬਤੌਰ ਪ੍ਰਧਾਨ, ਹਾਲਾਂਕਿ ਉਹ ਮੈਂ ਉਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰਦਾ ਹੁਣ ਅੱਜ, ਕਿਉਂਕਿ ਮੈਂ ਆਪ ਇੱਕ ਜ਼ਿੰਮੇਵਾਰ ਪੋਜੀਸ਼ਨ 'ਤੇ ਹਾਂ, ਲੇਕਿਨ ਉਸ ਦੌਰਾਨ ਮੈਨੂੰ ਵੱਖਰੀ ਤਰ੍ਹਾਂ ਦੀ ਸਿੱਖਿਆ ਮਿਲੀ, ਔਰ ਕਾਲਜ ਤੋਂ ਨਿਕਲ ਦੇ ਨਾਲ ਹੀ ਮੇਰੇ ਦਿਮਾਗ ਦੇ ਵਿੱਚ ਇੱਕ ਜਿਹੜਾ ਮੇਰੀ ਐਸਪੀਰੇਸ਼ਨ ਸੀ, ਮੇਰੀ ਹਸਰਤ ਸੀ ਕਿ ਮੈਂ ਪੋਲੀਟੀਕਲ ਲਾਈਫ ਦੇ ਵਿੱਚ ਆਪਣਾ ਕਰੀਅਰ ਬਣਾਉਣਾ। ਮੈਂ ਰਾਜਨੀਤੀ ਵਿੱਚ, ਕਿਉਂਕਿ ਉਹ ਕਾਲਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਸੀ, ਮੈਨੂੰ ਉੱਥੇ ਐਸੇ ਸੱਜਣਾਂ ਦੇ ਨਾਲ ਜਿਹੜੇ ਉਸ ਵੇਲੇ ਇਸਟੈਬਲਿਸ਼ ਸੀਗੇ, ਨੇਤਾ ਸੀਗੇ, ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ। ਮੈਨੂੰ ਉਹਨਾਂ ਦੇ ਰਾਹੀਂ ਇੱਕ ਪੋਲੀਟੀਕਲ ਐਕਟੀਵਿਸਟ ਦੇ ਤੌਰ 'ਤੇ ਵੀ ਥੋੜ੍ਹਾ ਕੰਮ ਕਰਨ ਦਾ ਮੌਕਾ ਮਿਲਿਆ, ਅਤੇ ਮੈਂ ਐਕਟਿਵ ਪੋਲੀਟੀਕਲ ਜਿਹੜੀ ਲਾਈਫ ਸੀਗੀ ਉਸ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸ਼ਿੱਦਤ ਨਾਲ ਲੱਗ ਗਿਆ। ਇੱਕ ਸਟੇਜ ਤੋਂ ਬਾਅਦ ਜਾ ਕੇ
ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿਹੜੀ ਰਾਜਨੀਤੀ ਹੈ ਸ਼ਾਇਦ ਮੇਰੇ ਵਰਗੇ ਸਧਾਰਨ ਪਿਛੋਕੜ ਵਾਲੇ ਨੌਜਵਾਨਾਂ ਦੇ ਵਾਸਤੇ ਇਹ ਅਸੀਂ ਫਿੱਟ ਨਹੀਂ ਹਾਂ। ਮੈਂ ਰਾਜਨੀਤੀ ਨੂੰ ਦੋਸ਼ ਨਹੀਂ ਦਊਂਗਾ, ਮੈਨੂੰ ਲੱਗਿਆ ਕਿ ਮੈਂ ਸ਼ਾਇਦ ਫਿੱਟ ਨਹੀਂ ਹਾਂ। ਅਸੀਂ ਨਵੇਂ ਰਾਹ ਤਲਾਸ਼ਣ ਲੱਗੇ, ਮੈਂ ਅਤੇ ਮੇਰੇ ਸਾਥੀ ਰਿਛਪਾਲ ਸਿੰਘ ਧਾਲੀਵਾਲ। ਸਾਡਾ ਆਪਸ ਵਿੱਚ ਉਸ ਵੇਲੇ ਗੱਠਜੋੜ ਹੋਇਆ ਸੀ, ਅਸੀਂ ਇਕੱਠੇ ਮਿਲ ਕੇ ਕੰਮ ਕਰਦੇ ਸੀ ਅਤੇ ਅਸੀਂ ਬਿਲਕੁਲ ਇਹ ਸੋਚ ਸਮਝ ਕੇ ਫੈਸਲਾ ਲਿਆ ਕਿ ਅਸੀਂ ਰਾਜਨੀਤੀ ਤੋਂ ਕਿਨਾਰਾ ਕਰਨਾ ਹੈ। ਔਰ ਅਸੀਂ ਸਬੱਬ ਦੇ ਨਾਲ, ਇੱਕ ਸਬੱਬ ਐਸਾ ਬਣਿਆ ਕਿ ਮੈਂ ਸ਼ਾਇਦ ਉਸਦਾ ਜ਼ਿਕਰ ਇੱਥੇ ਨਹੀਂ ਕਰ ਸਕਦਾ, ਕਿ ਸਾਨੂੰ ਐਜੂਕੇਸ਼ਨ ਵਾਲੇ ਪਾਸੇ ਸੋਚਣ ਦਾ ਮੌਕਾ ਮਿਲਿਆ। ਕੁਛ ਲੋਕ ਐਸੇ ਸਾਡੇ ਨਾਲ ਆ ਜੁੜੇ ਜਿਹੜੇ ਕਿ ਐਜੂਕੇਸ਼ਨ ਦੇ ਵਿੱਚ ਪਹਿਲੇ ਹੀ ਕੰਮ ਕਰ ਰਹੇ ਸੀ, ਉਹਨਾਂ ਤੋਂ ਸਾਨੂੰ ਸਮਝ ਆਈ ਔਰ ਅਸੀਂ ਨਵਾਂ ਰਾਹ ਤਲਾਸ਼ ਹੀ ਰਹੇ ਸੀ। ਸਾਨੂੰ ਇੱਕ ਟਰਨਿੰਗ ਪੁਆਇੰਟ ਮੇਰੀ ਲਾਈਫ ਦਾ ਉਸ ਵੇਲੇ ਆਇਆ ਜਦੋਂ ਅਸੀਂ ਐਕਟਿਵ ਪੋਲੀਟੀਕਲ ਲਾਈਫ ਤੋਂ ਹਟ ਕੇ ਕਾਰੋਬਾਰ ਦੀ ਭਾਲ ਦੇ ਵਿੱਚ ਅਸੀਂ ਐਜੂਕੇਸ਼ਨ ਨਾਲ ਜੁੜੇ। ਅੱਜ ਦੀ ਤਰੀਕ ਦੇ ਵਿੱਚ ਅਗਰ ਕੋਈ ਮੇਰੇ ਨਾਲ ਗੱਲ ਕਰਦਾ ਤਾਂ ਮੈਂ ਉੱਥੇ ਗੱਲ ਹੁੰਦੀ ਹੈ, ਤੁਹਾਡਾ ਵਿਜ਼ਨ ਕੀ ਹੈ, ਤੁਹਾਡਾ ਮਿਸ਼ਨ ਕੀ ਹੈ, ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ। ਲੇਕਿਨ ਮੈਨੂੰ ਇਹ ਗੱਲ ਇੱਥੇ ਦੱਸਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਹੈਗੀ ਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾ ਮਸਲਾ ਰੋਟੀ ਰੋਜੀ ਦਾ ਹੁੰਦਾ, ਆਪਣੇ ਆਪ ਨੂੰ ਸਥਾਪਿਤ ਕਰਨ ਦਾ ਸੰਘਰਸ਼ ਹੁੰਦਾ। ਮੈਨੂੰ ਇਹ ਲੱਗਦਾ, ਮੇਰੀ ਜੋ ਮੈਂ ਮਹਿਸੂਸ ਕਰਦਾ ਕਿ ਉਸ ਸਟੇਜ 'ਤੇ ਮੇਰੇ ਸਾਹਮਣੇ ਚੁਰਾਹਾ ਸੀ, ਮੇਰੀ ਸ਼ਾਦੀ ਹੋ ਚੁੱਕੀ ਸੀ ਔਰ ਰਾਜਨੀਤਿਕ ਜੀਵਨ ਦੇ ਵਿੱਚ ਮੇਰੇ ਸਾਹਮਣੇ ਕੋਈ ਮੇਰੀ ਮੰਜ਼ਿਲ ਨਹੀਂ ਸੀ ਦਿਖ ਰਹੀ ਮੈਨੂੰ, ਅਤੇ ਇੱਕ ਕ੍ਰੋਸ ਰੋਡ ਸੀ ਮੇਰੇ ਵਾਸਤੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਸਥਾਪਿਤ ਕਿਵੇਂ ਹੋਣਾ, ਕਿਉਂਕਿ ਮੈਂ ਵਾਪਸ ਨਹੀਂ ਜਾ ਸਕਦਾ ਸੀ। ਉੱਥੇ ਫਿਰ ਮੈਨੂੰ ਕੁਦਰਤ ਨੇ ਮੌਕਾ ਦਿੱਤਾ ਔਰ ਮੈਂ ਇਹ ਗੱਲ ਵੀ ਦੱਸਣੀ ਚਾਹੂੰਗਾ ਕਿ ਕੁਦਰਤ ਸ਼ਾਇਦ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਮੌਕੇ ਜਿਹੜੇ ਆ ਉਹ ਪਰੋਸ ਕੇ ਲਿਆਉਂਦੀ ਆ। ਕਈ ਵਾਰੀ ਸਾਨੂੰ ਪਤਾ ਨਹੀਂ ਚੱਲਦਾ ਔਰ ਕਈ ਵਾਰੀ ਅਸੀਂ ਸ਼ਾਇਦ ਉਹਨਾਂ ਮੌਕਿਆਂ ਦਾ ਫਾਇਦਾ ਨਹੀਂ ਚੱਕ ਸਕਦੇ। ਮੈਂ ਜਦੋਂ ਆਪਣੇ ਆਪ ਨੂੰ ਦੇਖਦਾ, ਆਪਣੇ ਆਪ ਨੂੰ ਸੈਲਫ ਅਨੈਲਿਸਿਸ ਕਈ ਵਾਰੀ ਬੰਦਾ ਕਰਦਾ ਅਤੇ ਮੈਂ ਦੇਖਦਾ ਕਿ ਮੈਂ ਤਾਂ ਯਾਰ ਬਹੁਤ ਸਧਾਰਨ ਵਿਅਕਤੀ ਸੀ, ਮੇਰਾ ਸਧਾਰਨ ਪਿਛੋਕੜ ਸੀ, ਮੈਨੂੰ ਗਾਈਡੈਂਸ ਵੀ ਕੋਈ ਇੰਨੀ ਪ੍ਰੋਫੈਸ਼ਨਲ ਤਰੀਕੇ ਨਾਲ ਨਹੀਂ ਮਿਲ ਸਕਦੀ ਸੀ। ਅਗਰ ਮੈਂ ਜ਼ਿੰਦਗੀ ਦੇ ਵਿੱਚ ਜੋ ਵੀ ਮੁਕਾਮ ਹਾਸਲ ਕੀਤਾ ਹੈਗਾ, ਮੈਂ ਇਸ ਗੱਲ ਦਾ ਕੋਈ ਬਹੁਤ ਘਮੰਡ ਨਹੀਂ ਕਰਦਾ ਕਿ ਮੈਂ ਬਹੁਤ ਕੁਛ ਹਾਸਲ ਕਰ ਲਿਆ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਮੈਂ ਜਿੱਥੋਂ ਚੱਲਿਆ ਸੀ ਉਹ ਮੇਰਾ ਸਫ਼ਰ ਜਿਹੜਾ ਮੇਰੀ ਜਿਹੜੀ ਜੜ ਸੀ ਉੱਥੋਂ ਚੱਲ ਕੇ ਜਿੰਨਾ ਵੀ ਕੀਤਾ ਹੈਗਾ, ਮੇਰੇ ਵਾਸਤੇ ਉਹ ਇੱਕ ਪ੍ਰਾਪਤੀ ਹੈਗੀ ਆ ਜਾਂ ਮੇਰੇ ਵਰਗੇ ਪਰਿਵਾਰਾਂ 'ਚ ਉੱਠ ਕੇ ਇੱਕ ਪ੍ਰਾਪਤੀ ਹੈਗੀ ਹੈ ਮੇਰੇ, ਅਤੇ ਉਸ ਦੇ ਵਿੱਚ ਮੈਨੂੰ ਕੁਦਰਤ ਨੇ ਮੌਕੇ ਬਹੁਤ ਦਿੱਤੇ ਆ ਔਰ ਮੈਂ ਸ਼ਾਇਦ ਉਹਨਾਂ ਮੌਕਿਆਂ ਦਾ ਫਾਇਦਾ ਉਠਾਉਣ ਦੇ ਵਿੱਚ ਕਾਮਯਾਬ ਹੀ ਰਿਹਾ। ਅਤੇ ਅਸੀਂ ਜਦੋਂ ਐਜੂਕੇਸ਼ਨ ਸੈਕਟਰ ਦੇ ਵਿੱਚ ਪ੍ਰਵੇਸ਼ ਕੀਤਾ, ਉਹ ਸੱਜਣ ਸਾਨੂੰ ਮਿਲਿਆ ਅਤੇ ਅਸੀਂ ਐਜੂਕੇਸ਼ਨ ਨੂੰ ਵੀ ਮਿਸ਼ਨ ਬਣਾਇਆ। ਜਦੋਂ ਖੇਤੀ ਕਰਦੇ ਸੀ ਉਦੋਂ ਵੀ ਮਿਸ਼ਨ ਬਣਾਇਆ ਕਿ ਫੁੱਲੀ ਡੈਡੀਕੇਟਡ ਸੀਗਾ, ਸਭ ਤੋਂ ਵਧੀਆ ਕੰਮ ਕਰਦਾ ਸੀ, ਆਪਣੇ ਕੰਮ ਦੇ ਵਿੱਚ ਮੁਹਾਰਤ ਹਾਸਲ ਕੀਤੀ। ਔਰ ਜਦੋਂ ਰਾਜਨੀਤਿਕ ਜੀਵਨ ਦੇ ਵਿੱਚ ਵੀ ਬਹੁਤ ਥੋੜ੍ਹਾ ਸੀ, ਇੱਕ ਵਰਕਰ ਵਾਲਾ ਹੀ ਮੈਂ ਕਹਿ ਸਕਦਾ ਕਿ ਮੇਰਾ ਜੀਵਨ ਸੀ, ਹਾਲਾਂਕਿ ਮੇਰੇ ਕੋਲ ਅਹੁਦੇ ਵੀ ਮੈਨੂੰ ਮਿਲੇ, ਪਾਰਟੀ ਨੇ ਮੈਨੂੰ ਬੜਾ ਨਵਾਜਿਆ, ਲੇਕਿਨ ਮੈਂ ਉੱਥੇ ਡੈਡੀਕੇਸ਼ਨ ਨਾਲ ਬਹੁਤ ਕੰਮ ਕੀਤਾ। ਮੇਰੇ ਵਾਸਤੇ ਮੇਰਾ ਧਰਮ ਹੀ ਮੇਰੀ ਪਾਰਟੀ ਸੀ ਔਰ ਉਹਦੀ ਸੇਵਾ ਸੀ। ਲੇਕਿਨ ਮੈਨੂੰ ਇਹ ਗੱਲ ਦੱਸਣ ਦੇ ਵਿੱਚ ਵੀ ਕੋਈ ਹਿਚਕਚਾਹਟ ਨਹੀਂ ਕਿ ਲੱਖ ਲੋਕ ਰਾਜਨੀਤਿਕ ਲੋਕਾਂ ਬਾਰੇ ਰੋਂਗ ਪਰਸੈਪਸ਼ਨ ਲੈ ਕੇ ਜਾਂ ਉਹਨਾਂ ਦੀਆਂ ਬੁਰਾਈਆਂ ਦੀ ਜ਼ਿਕਰ ਜ਼ਿਆਦਾ ਹੁੰਦਾ, ਲੇਕਿਨ ਮੈਂ ਇਹ ਗੱਲ ਜ਼ਿੰਦਗੀ ਆਪਣੀ ਦੇ ਵਿੱਚ ਬਹੁਤ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਰਾਜਨੀਤਿਕ ਲੋਕਾਂ ਤੋਂ ਬਹੁਤ ਕੁਝ ਸਿੱਖਿਆ। ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਇਸ ਮੰਚ 'ਤੇ ਲੈਣਾ ਸ਼ਾਇਦ ਮੁਨਾਸਿਬ ਨਾ ਹੋਵੇ, ਮੈਂ ਉਹਨਾਂ ਸਾਰੇ ਹੀ ਰਾਜਨੀਤਿਕ ਲੋਕਾਂ ਦਾ ਧੰਨਵਾਦੀ ਹਾਂ, ਆਪਣੇ ਦੋਸਤਾਂ ਦਾ ਵੀ, ਆਪਣੇ ਤੋਂ ਵੱਡਿਆਂ ਦਾ ਵੀ, ਜਿਨ੍ਹਾਂ ਦੀ ਵਜ੍ਹਾ ਕਰਕੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਇੱਕ ਸਮਝ ਬਣਾ ਸਕਿਆ ਕਿ ਮੈਂ ਜ਼ਿੰਦਗੀ 'ਚ ਕਰਨਾ ਕੀ, ਮੇਰਾ ਨਿਸ਼ਾਨਾ ਕੀ ਹੋਣਾ ਚਾਹੀਦਾ। ਔਰ ਉਹ ਜਿਹੜੀ ਸਿੱਖਿਆ ਸੀ, ਚਾਹੇ ਉਹ ਮੈਂ ਖੇਤੀ ਤੋਂ ਸਿੱਖਿਆ, ਚਾਹੇ ਮੈਂ ਰਾਜਨੀਤੀ ਵਿੱਚੋਂ ਜਾਂ ਆਪਣੀ ਵਿਦਿਆਰਥੀ ਜਿਹੜਾ ਸੰਘਰਸ਼ ਸੀ ਮੇਰਾ, ਉੱਥੇ ਵੀ ਅਸੀਂ ਬਹੁਤ ਸੰਘਰਸ਼ ਕੀਤਾ, ਉਹ ਮੇਰੀ ਹੁਣ ਜ਼ਿੰਦਗੀ ਦੇ ਵਿੱਚ ਬਹੁਤ ਮੈਨੂੰ ਕੰਮ ਆਇਆ ਅਤੇ ਅੱਜ ਵੀ ਆ ਰਿਹਾ ਹੈਗਾ। ਐਜੂਕੇਸ਼ਨ ਦੇ ਵਿੱਚ ਜਿਹੜੀ ਯਾਤਰਾ ਹੈ ਉਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਮੇਰੇ ਵਾਸਤੇ
ਬੇਮਿਸਾਲ ਆ, ਮੈਨੂੰ ਕਦੇ ਇੱਦਾਂ ਦਾ ਸੁਣਨ ਨੂੰ ਮਿਲਿਆ ਸੀਗਾ। ਔਰ ਮੈਨੂੰ ਕਈ ਵਾਰੀ ਐਂ ਲੱਗਦਾ ਹੁੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੁਦਰਤ ਨੇ ਆਪ ਖੜ ਕੇ ਮੇਰੀ ਮਦਦ ਕੀਤੀ ਆ। ਔਰ ਮੈਨੂੰ ਇਹ ਵੀ ਲੱਗਦਾ ਕਿ ਜਦੋਂ ਕੁਦਰਤ ਨੇ ਕੋਈ ਕਹਾਣੀ ਘੜਨੀ ਹੁੰਦੀ ਹੈ ਤਾਂ ਉਹਦੇ ਪਾਤਰ ਉਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਮਿਲਾ ਦਿੰਦੀ ਹੈ। ਮੈਨੂੰ ਬਹੁਤ ਅੱਛੇ ਸਾਥੀ ਮਿਲੇ ਜਦੋਂ ਅਸੀਂ ਐਜੂਕੇਸ਼ਨ ਦੇ ਵਿੱਚ ਆਏ, ਪੈਰ ਪੈਰ 'ਤੇ ਮੈਨੂੰ ਐਸੇ ਸੱਜਣ ਮਿਲੇ ਜਿਨ੍ਹਾਂ ਨੇ ਮਤਲਬ ਮੇਰੀ ਕਾਮਯਾਬੀ ਨੂੰ ਇਨਸ਼ੋਰ ਕੀਤਾ। ਉਹਨਾਂ ਨੇ ਮੈਨੂੰ ਹਰ ਜਗ੍ਹਾ 'ਤੇ ਮਦਦ ਕੀਤੀ। ਮੇਰੇ ਕੋਲ ਬਹੁਤ ਜ਼ਿਆਦਾ ਪੈਸੇ ਨਹੀਂ ਸੀ ਹੈਗੇ, ਕਈ ਵਾਰੀ ਇਹ ਵੀ ਹੁੰਦਾ ਕਿ ਬਹੁਤ ਪੈਸੇ ਹੋਣਗੇ ਤੁਸੀਂ ਤਾਂ ਕਾਮਯਾਬ ਹੋ ਸਕਦੇ ਹੋ, ਲੇਕਿਨ ਸਮੇਂ ਸਮੇਂ 'ਤੇ ਮੈਨੂੰ ਸਾਰੇ ਹੀ ਰਿਸੋਰਸ ਜਿਹੜੇ ਨੇ ਉਹ ਮੈਨੂੰ ਐਸੇ ਸਾਥੀ ਮਿਲਦੇ ਰਹੇ ਕਿ ਮੈਨੂੰ ਜੁੱਟਦੇ ਰਹੇ। ਲੇਕਿਨ ਮੈਂ ਆਪਣੇ ਕੰਮ ਨੂੰ ਹਮੇਸ਼ਾ ਆਪਣਾ ਇੱਕ ਪੈਸ਼ਨ, ਜਨੂੰਨ ਦੇ ਤੌਰ 'ਤੇ, ਮੈਂ ਜਨੂੰਨ ਦੀ ਹੱਦ ਤੱਕ ਮੈਂ ਅੱਜ ਵੀ ਆਪਣੇ ਆਪ ਨੂੰ ਸਮਝਦਾ ਕਿ ਮੈਂ ਆਪਣੇ ਕੰਮ ਤੋਂ ਬਿਨਾਂ ਹੋਰ ਕੁਛ ਨਹੀਂ ਸੋਚਦਾ ਹੈਗਾ। ਮੈਂ ਉਸ 'ਤੇ ਹੀ ਮੇਰਾ ਧਿਆਨ ਰਹਿੰਦਾ, ਦਿਨੇ ਉੱਠਦੇ ਰਾਤ ਹਰ ਵੇਲੇ। ਅਤੇ ਮੈਂ ਆਪਣਾ ਇਹਨੂੰ ਧਰਮ ਬਣਾ ਕੇ ਜਦੋਂ ਕੰਮ ਸ਼ੁਰੂ ਕੀਤਾ, ਅਸੀਂ ਸਿਰਫ ਮੈਂ ਅਤੇ ਮੇਰੇ ਸਾਥੀਆਂ ਨੇ, ਮੈਂ ਇਕੱਲਾ ਨਹੀਂ ਸੀਗਾ, ਅਸੀਂ ਚੰਡੀਗੜ੍ਹ ਦੇ ਨਜ਼ਦੀਕ ਲਾਂਡਰਾਂ ਦੇ ਵਿੱਚ ਅਸੀਂ ਇੱਕ ਸੰਸਥਾ ਸਥਾਪਿਤ ਕਰਨੀ ਸ਼ੁਰੂ ਕੀਤੀ। ਉਸਦੇ ਪਿੱਛੇ ਬਹੁਤ ਲੰਬੀ ਕਹਾਣੀ ਹੈ, ਮੈਂ ਫਿਰ ਕਿਸੇ ਮੰਚ 'ਤੇ ਤੁਹਾਡੇ ਨਾਲ ਸਾਂਝੀ ਕਰ ਸਕਦਾ, ਮੈਨੂੰ ਕੋਈ ਉਸ 'ਚ ਹਿਚਕਚਾਹਟ ਨਹੀਂ ਹੈ। ਸਿਰਫ 100 ਵਿਦਿਆਰਥੀਆਂ ਦੇ ਨਾਲ ਅਸੀਂ ਆਪਣਾ ਕਾਲਜ ਚੰਡੀਗੜ੍ਹ ਗਰੁੱਪ ਆਫ ਕਾਲਜ ਅੱਜ ਜੋ ਲਾਂਡਰਾਂ ਦੇ ਵਿੱਚ ਹੈ, ਇਹਦੀ ਸ਼ੁਰੂਆਤ ਕੀਤੀ। ਔਰ 100 ਵਿਦਿਆਰਥੀਆਂ ਤੋਂ ਸ਼ੁਰੂ ਹੋਇਆ ਸਫ਼ਰ, ਅੱਜ ਇੱਕ ਵੱਡਾ ਪਰਿਵਾਰ ਬਣ ਚੁੱਕਿਆ। ਪੂਰੇ ਗਰੁੱਪ ਦੇ ਵਿੱਚ ਸਾਡੇ 3 ਕੈਂਪਸ ਹੈਗੇ ਨੇ, ਚੰਡੀਗੜ੍ਹ ਯੂਨੀਵਰਸਿਟੀ ਕੜੂਆਂ ਜਿਸ ਦੀ ਮੈਂ ਜ਼ਿਕਰ ਕੀਤਾ ਹੈ, ਚੰਡੀਗੜ੍ਹ ਗਰੁੱਪ ਆਫ ਕਾਲਜ ਲਾਂਡਰਾਂ CGC ਲਾਂਡਰਾਂ ਵੀ ਕਹਿੰਦੇ ਆ, ਔਰ ਚੰਡੀਗੜ੍ਹ ਗਰੁੱਪ ਆਫ ਕਾਲਜਿਸ CGC ਚੰਜੇੜੀ। ਇਹ 3 ਸਾਡੇ ਕੈਂਪਸ ਨੇ। ਮੈਂ ਅਤੇ ਮੇਰੇ ਸਾਥੀ ਧਾਲੀਵਾਲ ਸਾਹਿਬ ਅਤੇ ਅਸੀਂ ਸਾਡੇ ਹੋਰ ਟਰੱਸਟੀ ਮਿਲ ਕੇ ਅਸੀਂ ਇਹਨਾਂ ਨੂੰ ਚਲਾ ਰਹੇ ਹੈਗੇ ਹਾਂ। ਲੇਕਿਨ ਇੱਥੇ ਜ਼ਿਕਰ ਜਿਹੜਾ ਮੈਂ ਕਰਨਾ ਚਾਹੁੰਦਾ ਕਿ ਸਾਡਾ ਪਿਛੋਕੜ ਐਜੂਕੇਸ਼ਨ ਦਾ ਨਹੀਂ ਸੀ, ਸਾਡੇ ਪਰਿਵਾਰ 'ਚ ਕੋਈ ਪੜ੍ਹਿਆ ਲਿਖਿਆ ਨਹੀਂ ਸੀ, ਬਾਵਜੂਦ ਇਸ 'ਤੇ ਪਰਮਾਤਮਾ ਨੇ ਸਾਨੂੰ ਇੰਨੇ ਕਾਬਲ ਬਣਾਇਆ ਕਿ ਅਸੀਂ ਆਪਣੀਆਂ ਸੰਸਥਾਵਾਂ ਨੂੰ ਇੱਕ ਮਿਆਰ ਤੱਕ ਲਿਆ ਕੇ ਖੜ੍ਹਾ ਕਰ ਸਕੇ ਹੈਗੇ ਹਾਂ। ਉਸ ਦਾ ਕਾਰਨ ਇਹੀ ਸੀ ਕਿ ਅਸੀਂ ਆਪਣੇ ਕਿੱਤੇ ਨੂੰ, ਆਪਣੀ ਰਿਸਪੋਂਸੀਬਿਲਟੀ ਨੂੰ ਸਮਰਪਿਤ ਰਹੇ ਹੈਗੇ ਹਾਂ, ਔਰ ਅਸੀਂ ਸਮੇਂ ਸਮੇਂ ਸਿਰ 'ਚ ਆਪਣੇ ਵਿੱਚ ਵੀ ਸੁਧਾਰ ਕੀਤੇ ਹੈ। ਅੱਜ ਵੀ ਅਸੀਂ, ਮੈਂ ਸਮਝਦਾ ਕਿ ਹਰ ਰੋਜ਼ ਇਨਸਾਨ ਸਿੱਖਦਾ, ਹਰ ਰੋਜ਼ ਠੋਕਰ ਖਾਂਦਾ ਉਸ ਤੋਂ ਨਵਾਂ ਸਿੱਖਦਾ, ਨਵੇਂ ਲੋਕਾਂ ਨੂੰ ਮਿਲਦਾ ਉਸ ਤੋਂ ਨਵਾਂ ਸਿੱਖਦਾ। ਔਰ ਮੈਂ ਇੰਨਾ ਤਤਪਰ ਰਹਿੰਦਾ ਕਿ ਮੈਨੂੰ ਜਦੋਂ ਕੋਈ ਨਵਾਂ ਇਨਸਾਨ ਮਿਲੇ ਤਾਂ ਮੈਂ ਉਸ ਤੋਂ ਹੋਰ ਕੀ ਸਿੱਖ ਸਕਦਾ। ਪਰ ਫੋਰਚੂਨੇਟਲੀ ਜਦੋਂ ਅਸੀਂ ਐਜੂਕੇਸ਼ਨ ਦੇ ਵਿੱਚ ਵੀ ਜਿੰਨੇ ਸਾਥੀ ਚਾਹੀਦੇ ਸੀ, ਅਕੈਡਮਿਸ਼ਨ ਚਾਹੀਦੇ ਸੀ, ਉਹ ਇੰਨੇ ਕਾਬਲ ਲੋਕ ਸਾਡੇ ਨਾਲ ਖੜ੍ਹੇ ਹੋਏ ਜਿਨ੍ਹਾਂ ਨੇ ਸਾਡੀ ਕਾਮਯਾਬੀ ਨੂੰ 4 ਚੰਨ ਲਗਾ ਦਿੱਤੇ। ਮੈਂ ਜਦੋਂ ਸਕੂਲ ਤੋਂ ਆਪਣੇ ਕਾਲਜ ਦਾ ਸਫ਼ਰ ਕੀਤਾ ਫਿਰੋਜ਼ਪੁਰ, ਅਤੇ ਉਸ ਵੇਲੇ ਮੇਰੀਆਂ 2 ਜ਼ਿੰਮੇਵਾਰੀਆਂ ਹੁੰਦੀਆਂ ਸੀ। ਇੱਕ ਜ਼ਿੰਮੇਵਾਰੀ ਹੁੰਦੀ ਸੀ ਕਿ ਮੈਂ ਪੂਰੀ ਖੇਤੀ ਦੇ ਵਿੱਚ ਆਪਣੇ ਫਾਦਰ ਸਾਹਿਬ ਦੇ ਨਾਲ ਜੋ ਸਮਾਂ ਮਿਲਦਾ ਸੀ ਮੈਂ ਹੱਥ ਵਟਾਉਂਦਾ ਸੀ, ਪੂਰੀ ਜ਼ਮੀਨ ਮੈਂ ਵਾਹੁੰਦਾ ਸੀ। ਔਰ ਉਸ ਦੇ ਨਾਲ ਮਤਲਬ ਮੈਂ ਅੱਜ ਵੀ ਮਹਿਸੂਸ ਕਰਦਾ ਕਿ ਉਹ ਕਿਵੇਂ ਪੋਸੀਬਲ ਸੀ ਕਿ ਮੈਂ ਕਾਲਜ ਜਾਣ ਦੇ ਸਮੇਂ 'ਤੇ, ਉਸ ਵੇਲੇ ਮੇਰੇ ਪਿਤਾ ਜੀ ਦਾ ਨਾ ਇੱਕ ਵਿਚਾਰ ਸੀ ਕਿ ਐਡੀਸ਼ਨਲ ਇਨਕਮ ਚਾਹੀਦੀ ਹੈ ਖੇਤੀ ਦੇ ਨਾਲ, ਅਤੇ ਉਹ ਐਡੀਸ਼ਨਲ ਇਨਕਮ ਕਿਸਾਨ ਕੋਲ ਕੀ ਹੋ ਸਕਦੀ ਹੈ ਕਿ ਉਹ ਦੁੱਧ ਵੇਚ ਸਕਦਾ ਜਾਂ ਕੋਈ ਹੋਰ ਸਹਾਇਕ ਧੰਦੇ ਜਾਂ ਕੋਈ ਹੋਰ ਫਸਲ ਜਿਹੜੀ ਆ ਉਹ ਤਿਆਰ ਕਰਕੇ ਪਸ਼ੂਆਂ ਦਾ ਚਾਰਾ ਉਹ ਵੇਚੇ। ਸਾਡੇ ਕੋਲ ਇਲਾਕੇ ਵਿੱਚ ਪਸ਼ੂ ਬਹੁਤ ਹੁੰਦੇ ਆ, ਲਾਹੌਰੀਆਂ ਦੇ ਪਰਿਵਾਰਾਂ ਦੇ ਵਿੱਚ ਇੱਕ ਖਾਸੀਅਤ ਹੈ ਕਿ ਉਹ ਪਸ਼ੂ ਬਹੁਤ ਰੱਖਦੇ, ਮੱਝਾਂ ਗਾਵਾਂ ਬਹੁਤ ਰੱਖਦੇ ਨੇ, ਸਪੈਸ਼ਲੀ ਮੱਝਾਂ ਬਹੁਤ ਰੱਖਦੇ ਆ। ਅਤੇ ਮੇਰੀ ਇੱਕ ਡਿਊਟੀ ਇਹ ਹੁੰਦੀ ਸੀ ਕਿ ਮੈਂ ਆਪਣੇ ਹਿੱਸੇ ਦੀਆਂ ਮੱਝਾਂ ਦੀਆਂ ਧਾਰਾਂ ਜਿਹੜੀਆਂ ਨੇ ਉਹ ਚੋ ਕੇ ਜਾਣਾ ਹੁੰਦਾ ਸੀ ਕਾਲਜ, ਅਤੇ ਦੂਸਰੀ ਮੇਰੀ ਡਿਊਟੀ ਹੁੰਦੀ ਸੀ ਕਿ ਜਿਹੜਾ ਦੁੱਧ ਅਸੀਂ ਡੇਅਰੀ 'ਤੇ ਪਾਉਂਦੇ ਸੀ ਜਾਂ ਅਸੀਂ ਮਾਰਕੀਟ ਦੇ ਵਿੱਚ ਦਿੰਦੇ ਸੀ, ਉਹਦਾ ਡਰੰਮ ਵੀ ਮੈਂ ਆਪਣੇ ਸਾਈਕਲ ਦੇ ਪਿੱਛੇ ਬੰਨ ਕੇ ਲੈ ਕੇ ਜਾਣਾ ਹੁੰਦਾ ਸੀ ਸ਼ਹਿਰ। ਔਰ ਮੈਂ ਅੱਜ ਦੇ ਜਦੋਂ ਕਾਲਜ ਏਟ ਦੇਖਦਾ ਜਾਂ ਆਪਣੇ ਬੱਚੇ ਦੇਖਦਾ ਤਾਂ ਮੈਨੂੰ ਆਪਣੇ ਹਾਲਾਤ ਉਹ ਯਾਦ ਆਉਂਦੇ ਆ ਕਿ ਮੈਂ ਕਾਲਜ ਜਾਣ ਦੇ ਸਮੇਂ 'ਤੇ ਕਿਸ ਤਰੀਕੇ ਦੇ ਨਾਲ ਤਿਆਰ ਹੁੰਦਾ ਸੀ, ਕਿਸ ਤਰੀਕੇ ਦੇ ਨਾਲ ਮੈਂ ਆਪਣੇ ਆਪ ਨੂੰ ਆਪਣੇ
ਹਾਈਜੀਨ ਨੂੰ ਜਾਂ ਆਪਣੇ ਆਪ ਨੂੰ ਮੈਂ ਕਿੱਦਾਂ ਉਹਨਾਂ ਲੋਕਾਂ ਵਿੱਚ ਲੈ ਕੇ ਜਾਂਦਾ ਸੀ ਜਿਹੜੇ ਸ਼ਹਿਰਾਂ ਤੋਂ ਆਉਂਦੇ ਸੀ। ਮੈਂ ਸਾਰੀਆਂ ਡਿਊਟੀਆਂ ਨਿਭਾਉਂਦੇ ਹੋਏ ਔਰ ਉਸ ਵੇਲੇ ਸਾਡੀ ਟ੍ਰੇਨ ਜਾਂਦੀ ਸੀ, ਅਸੀਂ ਸਾਡੇ ਕੋਲ ਕਿਉਂਕਿ ਪਾਸ ਹੁੰਦਾ ਸੀਗਾ ਟ੍ਰੇਨ ਦਾ, ਜੇ ਟ੍ਰੇਨ ਇੱਕ ਨਿਕਲ ਗਈ ਫਿਰ ਦੂਜੀ ਟ੍ਰੇਨ ਜਿਹੜੀ ਸੀ ਉਹ ਘੰਟੇ ਡੇਢ ਘੰਟੇ ਬਾਅਦ ਆਉਂਦੀ ਸੀ ਮੱਖੂ ਤੋਂ ਫਿਰੋਜ਼ਪੁਰ, ਅਤੇ ਮੈਂ 8 ਵਜੇ ਵਾਲੀ ਜਾਂ 8:30 ਵਜੇ ਵਾਲੀ ਟ੍ਰੇਨ ਜਿਹੜੀ ਆ ਉਹ ਲੈਣੀ ਹੁੰਦੀ ਸੀ, ਔਰ ਉਸ ਤੋਂ ਪਹਿਲੇ ਮੈਂ ਆਪਣਾ ਸਾਰਾ ਕੰਮ ਕੰਪਲੀਟ ਕਰਕੇ ਆਪਣੇ ਕੋਲਜ ਜਾਂਦਾ ਸੀ। ਔਰ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਕੋਲਜ ਦਾਖਲੇ ਹੋਏ ਅਤੇ ਐਕਸਪੋਜ਼ਰ ਤਾਂ ਹੈ ਨਹੀਂ ਸੀ, ਮੇਰੇ ਪਿਤਾ ਜੀ ਮੈਨੂੰ ਦਰਜੀ ਕੋਲ ਲੈ ਗਏ ਕਿ ਤੂੰ ਦੱਸ ਕੱਪੜੇ ਕਿਹੋ ਜਿਹੇ ਬਣਾਉਣੇ ਆ, ਅਤੇ ਮੈਨੂੰ ਅੱਜ ਵੀ ਯਾਦ ਹੈ ਕਿ ਉਸ ਵੇਲੇ ਕੁੜਤਾ ਪਜਾਮਾ, ਉਹ ਦਰਜੀ ਵੀ ਸਾਡੇ ਅੱਗੋਂ ਭੋਲਾ ਸੀ, ਉਹ ਮੈਨੂੰ ਕਹਿੰਦਾ ਕਿ ਬੈਲ ਬਟਮ ਬਣਾਉਣਾ ਹੈ ਕਿ ਪਜਾਮਾ ਬਣਾਉਣਾ ਹੈ। ਮੈਨੂੰ ਲੱਗਿਆ ਕਿ ਬੈਲ ਬਟਮ ਸ਼ਾਇਦ ਜ਼ਿਆਦਾ ਵਧੀਆ ਚੀਜ਼ ਹੋਏਗੀ, ਉਹਨੇ ਬੜਾ ਖੁੱਲ੍ਹਾ ਜਿਹਾ ਪਜਾਮਾ ਮੈਨੂੰ ਬਣਾ ਕੇ ਦਿੱਤਾ, ਅਤੇ ਉੜਤੇ ਪਜਾਮੇ ਦੇ ਨਾਲ ਮੈਂ ਆਪਣੇ ਕੋਲਜ ਦੀ ਯਾਤਰਾ ਸ਼ੁਰੂ ਕੀਤੀ ਹੈ। ਬਾਅਦ ਵਿੱਚ ਵੱਖਰੀ ਗੱਲ ਹੈ ਕਿ ਸਮੇਂ ਸਿਰ ਮੈਨੂੰ ਵੀ ਜਾਂਚ ਆ ਗਈ ਕਿ ਪੈਂਟ ਸ਼ਰਟ ਕਿਵੇਂ ਪਾਉਣੀ ਹੈ, ਅਸੀਂ ਆਪਣੇ ਆਪ ਨੂੰ ਹੋਰ ਜ਼ਿਆਦਾ ਸਾਫ਼ ਸੁਥਰਾ ਕਿਵੇਂ ਰੱਖਣਾ, ਲੇਕਿਨ ਉਹ ਬੁਨਿਆਦੀ ਗੱਲਾਂ ਮੈਨੂੰ ਅੱਜ ਵੀ ਮੇਰੇ ਜ਼ਿਹਨ ਦੇ ਵਿੱਚ ਉੱਕਰੀਆਂ ਹੋਈਆਂ ਨੇ, ਉਹ ਨਹੀਂ ਜਾਂਦੀਆਂ। ਹੋਰ ਵੀ ਬਹੁਤ ਸਾਰੀਆਂ ਯਾਦਾਂ ਨੇ ਮੇਰੀਆਂ ਆਪਣੀਆਂ ਖੇਤਾਂ ਨਾਲ ਜੁੜੀਆਂ ਹੋਈਆਂ, ਮੇਰੇ ਆਪਣੇ ਪਿਤਾ ਜੀ ਨਾਲ ਜੁੜੀਆਂ ਹੋਈਆਂ, ਔਰ ਮੇਰੇ ਆਪਣੇ ਦਾਦਾ ਜੀ ਨਾਲ ਜੁੜੀਆਂ ਹੋਈਆਂ, ਮੇਰੇ ਚਾਚਾ ਜੀ ਨਾਲ ਜੁੜੀਆਂ। ਮੈਂ ਮਾਫ਼ੀ ਚਾਹੂੰਗਾ, ਅੱਜ ਭਾਵੁਕ ਹੋ ਗਿਆ, ਦਾਦਾ ਜੀ ਫਰਮਾਨ ਸਿੰਘ ਦੇ ਉਹ ਮੇਰੇ ਪੂਰਾ ਦਾ ਮੇਰਾ ਭਰਾ ਸੀ ਵੱਡਾ, ਪਰ ਪਿੱਛੋਂ ਦਾ ਪਾਕਿਸਤਾਨ ਤੋਂ ਹੀ ਅਸੀਂ ਰਿਸ਼ਤੇਦਾਰੀ ਹੈ, ਇਸ ਕਰਕੇ ਰਾਉਂ ਜਿਹਾ ਹੋਇਆ ਵੀ ਮੈਂ ਛੋਟਾ ਸੀ ਅਤੇ ਉਹ ਸਿਆਣਾ ਬਹੁਤ ਸੀ ਜਿਹੜਾ ਦਾਦਾ ਜੀ, ਫਿਰ ਮੈਂ ਉਹਦੇ ਨਾਲ ਜਿਹੜੀ ਅਰਦਾਰੀ ਵੀ ਰੱਖੀ ਉਹਨੇ ਰਖਾਈ ਮੈਨੂੰ, ਉਹਨੇ ਬਹੁਤ ਸਿੱਖਿਆ ਦਿੱਤੀ, ਉਹਦੇ ਗਿਆਨ ਅਜੇ ਵੀ ਅੰਦਰ ਨੇ, ਬਹੁਤ ਇੰਨਾ ਸੂਝਵਾਨ ਬੰਦਾ ਸੀ ਵੀ ਅਦਾ ਕੇ ਸਾਰੀ ਯੂਨ ਉਹਨੇ ਪਹਿਲਾਂ ਬੱਧੀ, ਉਹਨੇ ਤਿੰਨ ਤਿੰਨ ਬੰਦੇ ਲੋਕ ਲੋਕ ਕੇ ਮੀਟ ਕਰਨੀ ਅਤੇ ਗ੍ਰਿਫਤਾਰ ਫੜਨਾ ਅਗਲਿਆਂ ਨੇ, ਉਹਦੀ ਫਿਰ ਨਹੀਂ ਬਾਈ ਜੀ ਬਾਈ ਜੀ ਬਾਈ ਜੀ ਬਾਈ ਜੀ ਸਰਦਾਰ ਸਿੰਘ ਜੀ ਬਹਿਣਾ ਉਹਦੇ ਕੋਲ ਆ ਗਏ, ਉਹਨੇ ਫਿਰ ਗਿਆਨ ਦੇਣਾ ਉੱਥੇ ਤਸ਼ਬਈ ਤੋਂ ਬਾਈ ਐਂ ਤਸ਼ਬਈ ਬਚਾਉਣਾ, ਬਹਿ ਕੇ ਸਾਰੇ ਨੇ ਕਬਾੜ ਪੜ ਕੇ ਉਹਨੇ ਸਾਰੀਆਂ ਦਾਦੇ ਪੁੱਤਰ ਗੱਲਾਂ ਕਰਨੀਆਂ, ਮੂੰਹ ਕੋਲ ਸੁਣੀਆਂ ਨਹੀਂ ਕਰਨੀਆਂ, ਸੁਣ ਪਾ ਸਾਹਿਬ ਇਹ ਕਰਕੇ ਉਹਦੀ ਧੈਨ ਮੁਤਾਬਕ ਬਹੁਤ ਵਧੀਆ ਫਰਮਾਨ ਉਹਨੇ ਲਿਖਦੇ ਨੇ ਕਰਨੇ, ਜਦੋਂ ਕਿਤੇ ਸਟੇਜ ਲੱਗਣਾ ਉਦੋਂ ਫਰਮਾਨ ਸਿੰਘ ਨੇ ਫਿਰ ਬੋਲ ਕੇ ਦੱਸਿਆ ਕਰਨਾ ਵੀ ਆਪਣੀ ਪ੍ਰੋਪਰਟੀਆਂ ਕੀਤੀਆਂ ਨੇ ਦਾਦਾ ਜੀ ਨੇ, ਇਸ ਕਰਕੇ ਉਹਦੀ ਫਿਰ ਲਗਾ ਲੱਗਦੀ ਲੱਗਦੀ ਫਿਰ ਇਹ ਸਰਦਾਰ ਪੜ੍ਹ ਕੇ ਮੋਗੇ ਚਲਾ ਗਿਆ, ਉਸ ਫਿਰ ਪ੍ਰਧਾਨ ਬਣਿਆ, ਅਗਾਂ ਫਿਰ ਉਹਦਾ ਦਿਮਾਗ ਕੰਮ ਕਰਦਾ ਠੰਡੇ ਸੁਭਾਅ ਦਾ, ਇੱਦਾਂ ਹੁੰਦਾ ਕੋਈ ਦਿਲ ਠੰਡਾ ਵੀ ਇਹਨਾਂ ਕਿਸੇ ਦਾ ਵੇਖਣਾ ਹੀ ਨਹੀਂ, ਕੋਈ ਬੰਦਾ ਚਲ ਜਾਵੇ ਕੋਈ ਉਹਨੇ ਨਾ ਨਹੀਂ ਕਰਨੀ ਵੀ ਮੈਂ ਕੰਮ ਨਹੀਂ ਕਰ ਜਿੰਨੇ ਉਹਦੇ ਪਾਸੇ। ਜ਼ਿੰਦਗੀ ਇੰਨੀ ਤੇਜ਼ ਚੱਲਦੀ ਹੈ ਕਿ ਕਦੇ ਇਹ ਪੁਰਾਣੀਆਂ ਯਾਦਾਂ ਬਾਰੇ ਗੱਲ ਕਰਨ ਦਾ ਮੌਕਾ ਵੀ ਘੱਟ ਮਿਲਦਾ, ਔਰ ਸ਼ਾਇਦ ਅਸੀਂ ਆਪਣੀਆਂ ਭਾਵਨਾਵਾਂ ਤੋਂ ਵੀ ਕਈ ਵਾਰੀ ਦੂਰ ਚਲੇ ਜਾਂਦੇ ਹਾਂ ਜਿਹੜੀਆਂ ਕਿ ਅੱਜ ਯਾਦ ਆ ਗਈਆਂ। ਤਾਂ ਮੈਂ ਹੋਰ ਭਾਵਨਾਵਾਂ ਦੇ ਵਹਿਣ ਦੇ ਵਿੱਚ ਵਹਿਣ ਦੀ ਬਜਾਏ ਤੁਹਾਡੇ ਨਾਲ ਆਪਣੇ ਸੰਘਰਸ਼ ਦੀਆਂ ਹੋਰ ਗੱਲਾਂ ਸਾਂਝੀਆਂ ਕਰਨੀਆਂ ਬਿਹਤਰ ਸਮਝੂੰਗਾ। ਮੇਰੀ ਕੋਲਜ ਲਾਈਫ ਦੇ ਵਿੱਚ ਮੈਨੂੰ ਬਹੁਤ ਕੁਛ ਇਨਫੋਰਮਲ ਐਜੂਕੇਸ਼ਨ ਦੇ ਵਿੱਚ ਸਿੱਖਣ ਨੂੰ ਮਿਲਿਆ, ਔਰ ਉਹਨਾਂ ਵਿੱਚੋਂ ਇੱਕ ਜਿਹੜੀ ਗੱਲ ਮੈਨੂੰ ਅੱਜ ਤੱਕ ਪੇ ਕਰ ਰਹੀ ਹੈ ਕਿ ਪਬਲਿਕ ਸਪੀਕਿੰਗ ਦਾ ਜਿਹੜਾ ਹੁਨਰ ਸੀ ਨਾ ਮੈਨੂੰ ਆਪਣੇ ਕੋਲਜ ਦੀ ਸਟੇਜ ਤੋਂ ਮਿਲਿਆ। ਮੇਰੇ ਦਾਦਾ ਜੀ ਵੀ ਮੈਨੂੰ ਮਾਈਕ ਦਿੰਦੇ ਸੀ, ਮੈਨੂੰ ਸਿਖਾਉਂਦੇ ਸੀ, ਲੇਕਿਨ ਕੋਲਜ ਦੀ ਸਟੇਜ 'ਤੇ ਜਾ ਕੇ ਮੈਨੂੰ ਸਟੇਜ ਫੀਅਰ ਰਿਹਾ ਹੀ ਨਹੀਂ ਕਦੇ।
ਔਰ ਇਹੀ ਕਾਰਨ ਸੀ ਕਿ ਮੈਂ ਕਦੇ ਵੀ ਕਿਸੇ ਵੀ ਪਲੇਟਫਾਰਮ 'ਤੇ ਬੋਲਣ ਤੋਂ ਕਦੇ ਝਿਜਕ ਨਹੀਂ ਮਹਿਸੂਸ ਕੀਤੀ, ਕੋਈ ਹੈਜੀਟੇਸ਼ਨ ਨਹੀਂ ਰਹੀ। ਔਰ ਮੈਨੂੰ ਕਈ ਵਾਰ ਇਹ ਵੀ ਲੱਗਦਾ ਹੁੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਮਜੋਰਟੀ ਲੋਕ ਇਸ ਗੱਲ ਕਰਕੇ ਵੀ ਉਹ ਕਹਿ ਰਹੋ ਕਿ ਅਨਐਕਸਪਲੋਰਡ ਚਲੇ ਜਾਂਦੇ ਆ ਦੁਨੀਆ ਤੋਂ, ਉਹ ਪਿੱਛੇ ਰਹਿ ਜਾਂਦੇ ਆ ਕਿ ਉਹ ਅੱਗੇ ਹੋ ਕੇ ਗੱਲ ਨਹੀਂ ਕਰ ਸਕਦੇ। ਉਹਨਾਂ 'ਚ ਫੀਅਰ ਰਹਿੰਦਾ ਕਿ ਮੈਂ ਆਪਣੀ ਗੱਲ ਕਿਵੇਂ ਕਰਾਂ, ਹਾਲਾਂਕਿ ਉਹ ਬਹੁਤ ਕਾਬਲ ਹੁੰਦੇ ਨੇ। ਅਤੇ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਇਸ ਮੰਚ ਤੋਂ ਕਿ ਇੱਕ ਵਾਰੀ ਝਾਕਾ ਖੋਲ੍ਹਿਆ ਸਾਰੀ ਜ਼ਿੰਦਗੀ ਦੇ ਵਾਸਤੇ ਤੁਹਾਡੇ ਕੰਮ ਆਉਂਦਾ, ਔਰ ਉਹ ਝਾਕਾ ਮੇਰੇ ਕਾਲਜ ਦੀ ਸਟੇਜ ਨੇ ਮੇਰਾ ਖੋਲ੍ਹਿਆ ਸੀ ਔਰ ਮੈਨੂੰ ਹੁਣ ਤੱਕ ਕੰਮ ਆ ਰਹੀ ਹੈ। ਮੈਂ ਕਿਸੇ ਵੀ ਦੁਨੀਆ ਦੀ ਵੱਡੀ ਤੋਂ ਵੱਡੀ ਸਟੇਜ 'ਤੇ ਵੀ ਨੈਸ਼ਨਲ ਇੰਟਰਨੈਸ਼ਨਲ 'ਤੇ ਬੋਲਣ ਦੇ ਵਿੱਚ ਮੈਨੂੰ ਕੋਈ ਹੈਜੀਟੇਸ਼ਨ ਨਹੀਂ ਹੁੰਦੀ, ਔਡੀਅੰਸ ਜਿੰਨੀ ਮਰਜ਼ੀ ਹੋਵੇ। ਤਾਂ ਪਬਲਿਕ ਸਪੀਕਿੰਗ ਵੀ ਆਪਣੇ ਆਪ 'ਚ ਮੈਂ ਸਮਝਦਾ ਕਿ ਮੇਰੀ ਸਟਰੈਂਥ ਹੈਗੀ ਆ, ਕਿਉਂਕਿ ਮੈਂ ਸਟੂਡੈਂਟ ਲੀਡਰ ਸੀ ਅਤੇ ਸੁਭਾਵਿਕ ਹੈ ਕਿ ਸਟੂਡੈਂਟ ਲੀਡਰ ਦਾ ਅਤੇ ਜਿਹੜਾ ਕਾਲਜ ਦਾ ਪ੍ਰਸ਼ਾਸਨ ਹੈ ਉਹਨਾਂ ਦਾ ਆਪਸ ਵਿੱਚ ਇਸ਼ੂ ਤਾਂ ਰਹਿੰਦੇ ਆ। ਔਰ ਮੇਰੇ ਪ੍ਰਿੰਸੀਪਲ ਮੈਂ ਤਾਂ ਬਹੁਤ ਉਹਨਾਂ ਨੂੰ ਕਾਬਲ ਸਮਝਦਾ, ਸਰਦਾਰ ਸੁਰਜੀਤ ਸਿੰਘ ਗਿੱਲ, ਬੜਾ ਵਿਲੱਖਣ ਹੁਨਰ ਸੀ ਉਹਨਾਂ ਕੋਲ, ਬੜੇ ਚੁਸਤ ਪ੍ਰਸ਼ਾਸਕ ਸੀਗੇ, ਸਖਤ ਪ੍ਰਸ਼ਾਸਕ ਵੀ ਸੀਗੇ। ਔਰ ਉਹ ਇੰਨੇ ਦੁਖੀ ਸੀ ਮਤਲਬ ਮੇਰੇ ਤੋਂ, ਮੈਨੂੰ ਇਉਂ ਲੱਗਦਾ ਕਿ ਉਸ ਵੇਲੇ ਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਸਾਰਿਆਂ ਦਾ ਕੁਝ ਨਾ ਕੁਝ ਬਣ ਜੂ, ਤੇਰਾ ਨਹੀਂ ਪੁੱਤਰਾ ਬਣਨਾ। ਅਤੇ ਮੈਨੂੰ ਖੁਸ਼ੀ ਹੋਈ ਜਦੋਂ ਕੁਛ ਸਾਲ ਪਹਿਲਾਂ ਮੈਨੂੰ ਮਿਲਣ ਆਏ, ਮੈਨੂੰ ਮਿਲ ਕੇ ਗਏ, ਰਿਟਾਇਰ ਹੋ ਚੁੱਕੇ ਨੇ ਉਹ। ਉਹਨਾਂ ਨਾਲ ਇਹ ਗੱਲ ਮੈਂ ਸ਼ੇਅਰ ਕੀਤੀ, ਮੈਂ ਕਿਹਾ ਸਰ ਤੁਸੀਂ ਮੈਨੂੰ ਕਿਹਾ ਸੀ ਕਿ ਤੇਰਾ ਕੁਛ ਨਹੀਂ ਬਣਨਾ, ਪਰ ਮੈਂ ਬਣ ਗਿਆ। ਮੈਂ ਕਿਹਾ ਜੀ ਮੇਰੇ ਲੱਛਣ ਤਾਂ ਬਣਨ ਵਾਲੇ ਹੈ ਨਹੀਂ ਸੀ, ਪਰ ਕੁਦਰਤ ਨੇ ਮੈਨੂੰ ਐਸੇ ਮੌਕੇ ਦਿੱਤੇ ਕਿ ਮੈਂ ਸੁਧਰ ਗਿਆ ਔਰ ਮੈਂ ਬਣ ਗਿਆ। ਲੇਕਿਨ ਕਾਲਜ ਲਾਈਫ ਦੇ ਵਿੱਚ ਵੀ ਸਾਡੇ ਕੁਝ ਅਸੂਲ ਹੁੰਦੇ ਸੀ, ਅਸੀਂ ਆਪਣੀ ਲਾਈਫ ਨੂੰ ਕਾਲਜ ਦੇ ਵਿੱਚ ਵੀ ਆਈਡੀਅਲ ਤਰੀਕੇ ਨਾਲ ਰੱਖਿਆ। ਅਸੀਂ ਨਸ਼ਿਆਂ ਤੋਂ ਦੂਰ ਰਹਿੰਦੇ ਸੀ, ਅਸੀਂ ਹੋਰ ਗੱਲਾਂ ਜਿਹੜੀਆਂ ਉਸ ਟਾਈਮ 'ਤੇ ਹੁੰਦੀਆਂ ਨੇ ਜਵਾਨੀ ਦੇ ਵਿੱਚ, ਉਹਨਾਂ ਤੋਂ ਵੀ ਅਸੀਂ ਪਰਹੇਜ਼ ਕਰਦੇ ਸੀ। ਇੱਕ ਗੱਲ ਮੈਂ ਹੋਰ ਆਪਣੀ ਕਾਲਜ ਲਾਈਫ ਦੀ ਸਾਂਝੀ ਕਰਨੀ ਚਾਹੁੰਦਾ ਕਿ ਮੈਨੂੰ ਇਉਂ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਸ਼ਖਸੀਅਤਾਂ ਜਿਹੜੀਆਂ ਨੇ ਉਹ ਬਹੁਤ ਤੁਹਾਡੇ 'ਤੇ ਪ੍ਰਭਾਵ ਛੱਡਦੀਆਂ। ਔਰ ਜਿਹੜੇ ਕਾਲਜ ਮੈਂ ਪੜ੍ਹਦਾ ਸੀ, ਗੁਰੂ ਨਾਨਕ ਕਾਲਜ ਮੋਗਾ ਦੇ ਜਿਹੜੇ ਚੇਅਰਮੈਨ ਸੀਗੇ ਮੈਨੇਜਮੈਂਟ ਦੇ, ਗੁਰਚਰਨ ਸਿੰਘ ਜੀ ਟੌੜਾ ਸੀਗੇ, ਔਰ ਐਨੂਅਲ ਫੰਕਸ਼ਨ 'ਤੇ ਉਹ ਤਕਰੀਬਨ ਸਾਡੇ ਕਾਲਜ ਆਇਆ ਕਰਦੇ ਸੀ। ਔਰ ਉਹ ਜਦੋਂ ਬੋਲਦੇ ਸੀ ਨਾ, ਮੈਨੂੰ ਲੱਗਦਾ ਸੀ ਕ੍ਰਿਸ਼ਮਾਈ ਲੀਡਰ ਨੇ, ਉਹਨਾਂ ਦੇ ਬੋਲਣ ਦੇ ਇੱਕ ਸਟਾਈਲ ਤੋਂ, ਉਹਨਾਂ ਦੇ ਅੰਦਾਜ਼ ਤੋਂ ਮੈਂ ਬਹੁਤ ਪ੍ਰਭਾਵਿਤ ਹੁੰਦਾ ਸੀ ਔਰ ਮੈਂ ਉਹਨਾਂ ਦੀ ਹਰ ਸਪੀਚ ਨੂੰ ਬੜੇ ਧਿਆਨ ਨਾਲ ਸੁਣਦਾ ਸੀ। ਔਰ ਮੈਨੂੰ ਬਹੁਤ ਹੱਦ ਤੱਕ ਉਹਨਾਂ ਦੀ ਜ਼ਿੰਦਗੀ ਤੋਂ ਮੈਂ ਉਸ ਟਾਈਮ 'ਤੇ ਪ੍ਰਭਾਵਿਤ ਹੋ ਕੇ ਹੀ ਰਾਜਨੀਤੀ ਵਾਲੇ ਪਾਸੇ ਪ੍ਰੇਰਿਤ ਹੋਇਆ ਸੀ। ਕਾਲਜ ਦੇ ਦਿਨਾਂ ਦੀਆਂ ਹੋਰ ਬਹੁਤ ਸਾਰੀਆਂ ਯਾਦਾਂ ਹੈਗੀਆਂ ਨੇ। ਉਸ ਵੇਲੇ ਹਾਲਾਤ ਬਹੁਤ ਖਰਾਬ ਸੀ, ਖਾੜਕੂਵਾ ਦਾ ਟਾਈਮ ਸੀ, ਅਤੇ ਅਜਿਹਾ ਵੀ ਟਾਈਮ ਹੁੰਦਾ ਸੀ ਕਿ ਮਾਪੇ ਕਈ ਵਾਰੀ ਸੋਚਦੇ ਸੀ ਕਿ ਅੱਜ ਇਹ ਵਾਪਸ ਨਹੀਂ ਆਇਆ ਅਤੇ ਪਤਾ ਨਹੀਂ ਸੁੱਖ ਹੋਵੇ। ਮੈਂ ਫਰਮਾਨ ਸਿੰਘ ਸੰਧੂ, ਸਤਨਾਮ ਸਿੰਘ ਸੰਧੂ ਮੇਰੇ ਵੱਡੇ ਬ੍ਰਦਰ ਏ। ਸਾਡੇ ਬਜ਼ੁਰਗਾਂ ਨੇ 1947 ਚੋਂ ਭਾਰਤ ਵੰਡ ਵੇਲੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਆਣ ਕੇ ਇੱਥੇ ਆਪਣਾ ਤੰਬੂ ਲਾਇਆ ਔਰ ਪਿੰਡ ਰਸੂਲਪੁਰ ਹੈ ਜਿਹੜਾ ਫਿਰੋਜ਼ਪੁਰ, ਤਹਿਸੀਲ ਜੀਰਾ, ਪੁਲਿਸ ਸਟੇਸ਼ਨ ਮਖੂ, ਇੱਥੇ ਆਣ ਕੇ ਉਹਨਾਂ ਨੇ ਜ਼ਮੀਨ ਉਹਨਾਂ ਨੂੰ ਇੱਥੇ ਅਲਾਟ ਹੋਈ, ਇੱਥੇ ਆਣ ਕੇ ਉਹਨਾਂ ਨੇ ਰਹਿਣ ਬਸੇਰਾ ਕੀਤਾ। ਇੱਥੇ ਉਸ ਵੇਲੇ ਜਵਾਇਆਂ ਕੱਲਰ ਬਹੁਤ ਬੁਰੇ ਹਾਲ ਸੀ ਉਦੋਂ 47 ਦੀ ਵੰਡ ਵੇਲੇ, ਕਈ ਐਜੀਟੇਸ਼ਨਾਂ ਲੜੀਆਂ। ਉਹਨਾਂ ਦਾ ਇੱਕ ਦੋਸਤ ਸੀ ਜਗਤਾਰ ਸਿੰਘ ਮਨੇਸ਼, ਅਤੇ ਉਹਦੇ 'ਤੇ ਉਸ ਵੇਲੇ ਕਾਲੇ ਦੌਰ ਦੇ ਵਿੱਚ ਸਰਕਾਰ ਦੇ ਦਬਾਅ ਨਾਲ ਪੁਲਿਸ ਨੇ ਮਾੜੇ ਹਾਲਾਤਾਂ 'ਚ ਉਹਨੂੰ ਨਜਾਇਜ਼ ਫਸਾ ਲਿਆ, ਉਹਦੇ ਲਈ ਐਜੀਟੇਸ਼ਨ ਕਰਕੇ ਰੋਡ ਬੰਦ ਕਰਕੇ ਉਹਨੂੰ ਦਾ ਝੂਠਾ ਮੁਕਾਬਲਾ ਹੋਣ ਤੋਂ ਬਚਾਇਆ। ਅੱਜ ਵੀ ਜਗਤਾਰ ਸਿੰਘ ਮਨੇਸ਼ ਜਿਹੜਾ ਵਿਦੇਸ਼ ਵਿੱਚ ਰਹਿੰਦਾ ਔਰ ਬਹੁਤ ਵਧੀਆ ਇਨਸਾਨ। ਇਹੋ ਜਿਹੜੇ ਨੇਕੀ ਦਿਲੀ ਦੇ ਕੰਮ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਚੜ੍ਹਾਏ, ਉਸ ਤਰ੍ਹਾਂ ਪਰਮਾਤਮਾ ਦੀ ਕਿਰਪਾ ਰਹੀ ਕਿ ਉਹ ਬੁਲੰਦੀਆਂ ਨੂੰ ਛੂਹਦੇ ਰਹੇ। ਜਿਹੜੇ ਨੌਜਵਾਨ ਹੁੰਦੇ ਸੀ ਉਹਨਾਂ ਨੂੰ ਪੁਲਿਸ ਵੱਲੋਂ ਚੁੱਕ ਲਿਆ ਜਾਂਦਾ ਸੀ, ਔਰ ਮੈਨੂੰ ਯਾਦ ਹੈ ਕਿ ਮੇਰਾ ਸਾਥੀ ਜਗਤਾਰ ਸਿੰਘ ਉਸ ਵੇਲੇ
ਉਹਦਾ ਇਨਕਾਊਂਟਰ ਹੁੰਦਾ ਸੀ, ਕਿਵੇਂ ਬਚਾਇਆ ਸਾਰਿਆਂ ਨੇ ਅਸੀਂ। ਹਾਲਾਂਕਿ ਸਾਡੀ ਬੜੀ ਵਿਚਿੱਤਰ ਉਸ ਵੇਲੇ ਪੁਜੀਸ਼ਨ ਸੀਗੀ ਕਿ ਜਿਹੜੇ ਖਾੜਕੂ ਨਾਲ ਜੁੜੇ ਹੋਏ ਲਹਿਰ ਨਾਲ ਲੋਕ ਸੀ ਉਹ ਸਾਨੂੰ ਕਾਮਰੇਡ ਕਹਿੰਦੇ ਸੀ, ਜਿਹੜੇ ਕਾਮਰੇਡ ਸੀਗੇ ਉਹ ਸਾਨੂੰ ਆਪਣੀ ਗਿਣਤੀ 'ਚ ਨਹੀਂ ਸਮਝਦੇ ਸੀ, ਸਾਡਾ ਇੱਕ ਇੰਡੀਪੈਂਡੈਂਟ ਗਰੁੱਪ ਸੀ। ਲੇਕਿਨ ਮੈਨੂੰ ਅੱਜ ਵੀ ਯਾਦ ਹੈ ਕਿ ਅਸੀਂ ਇੱਕ ਬਹੁਤ ਵੱਡੀ ਐਜੀਟੇਸ਼ਨ ਮੋਗਾ ਦੇ ਵਿੱਚ ਕਰਕੇ ਜਿਹੜੇ ਅਸੀਂ ਉੱਥੇ ਮੇਨ ਹਾਈਵੇ ਜਿਹੜਾ ਸੀ ਉਹਨੂੰ ਰੋਕ ਲਿਆ ਸੀ, ਔਰ ਸਰਕਾਰ ਨੂੰ ਮਜਬੂਰ ਹੋ ਕੇ ਉਸ ਵੇਲੇ ਜਿਹੜਾ ਸਾਡਾ ਸਾਥੀ ਸੀ ਉਸ ਵੇਲੇ ਮੈਨੂੰ ਯਾਦ ਹੈ ਕਿ ਸ਼ਾਇਦ ਮਿਸਟਰ ਚਟੋਪਾਧਿਆ ਆਫੀਸਰ ਸੀਗੇ ਪੁਲਿਸ ਦੇ ਹਾਇਰ ਆਫੀਸਰ, ਉਹਨਾਂ ਨੂੰ ਰਿਹਾ ਕਰਨਾ ਪਿਆ ਸੀ। ਔਰ ਅੱਜ ਵੀ ਉਹ ਨੌਜਵਾਨ ਜਿਹੜਾ ਹੈਗਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਕਾਮਯਾਬ ਹੈਗਾ, ਉਹ ਨਿਰਦੋਸ਼ ਫਸਿਆ ਸੀ ਔਰ ਅਸੀਂ ਉਸਦੀ ਖਾਤਰ ਸੰਘਰਸ਼ ਕੀਤਾ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਜਿਹਦੇ ਵਿੱਚ ਲੜਾਈਆਂ ਝਗੜੇ ਹੋਣੇ, ਬਹੁਤ ਸਾਰੇ ਐਸੇ ਫਸਾਦ ਪੈਦਾ ਹੋਣੇ, ਬਹੁਤ ਸਾਰੀਆਂ ਧਮਕੀਆਂ ਮਿਲਣੀਆਂ। ਔਰ ਮੈਨੂੰ ਅੱਜ ਵੀ ਯਾਦ ਹੈ ਕਿ ਉਸ ਵੇਲੇ ਐਸੇ ਤਾਲੀਬਾਨੀ ਫੁਰਮਾਨ ਆਉਂਦੇ ਸੀ ਕਿ ਤੁਸੀਂ ਭੰਗੜਾ ਨਹੀਂ ਪਾ ਸਕਦੇ, ਤੁਸੀਂ ਨੱਚ ਨਹੀਂ ਸਕਦੇ, ਤੁਸੀਂ ਗਾ ਨਹੀਂ ਸਕਦੇ। ਔਰ ਅਸੀਂ ਇਹ ਫੈਸਲਾ ਕੀਤਾ ਸੀ ਕਿ ਅਸੀਂ ਇਸ ਨੂੰ ਚੁਣੌਤੀ ਦੇਵਾਂਗੇ। ਔਰ ਅੱਜ ਵੀ ਇਹ ਗੱਲ ਰਿਕਾਰਡ 'ਤੇ ਹੈ ਕਿ ਉਸ ਵੇਲੇ ਅਖਾੜੇ ਲੱਗਣੋਂ ਬੰਦ ਹੋ ਗਏ ਸੀ, ਉਸ ਵੇਲੇ ਸਿੰਗਰ ਨਹੀਂ ਲੱਗਦੇ ਸੀ, ਭੰਗੜੇ ਨਹੀਂ ਪੈਂਦੇ ਸੀ, ਲੇਕਿਨ ਗੁਰੂ ਨਾਨਕ ਕਾਲਜ ਮੋਗਾ ਦੀ ਸਟੇਜ ਅੱਜ ਵੀ ਗਵਾਹ ਹੈਗੀ ਹੈ ਕਿ ਉਸ ਵੇਲੇ ਅਸੀਂ ਇਸ ਗੱਲ ਨੂੰ ਚੁਣੌਤੀ ਦਿੱਤੀ। ਔਰ ਉਸ ਵੇਲੇ ਦਾ ਸਭ ਤੋਂ ਵੱਡਾ ਅਖਾੜਾ ਜਿਹੜਾ ਸੀਗਾ ਕਲਚਰਲ ਪ੍ਰੋਗਰਾਮ ਸੀਗੇ ਚ ਗੁਰੂ ਨਾਨਕ ਕਾਲਜ ਮੋਗਾ ਦੀ ਗਰਾਊਂਡ ਦੇ ਵਿੱਚ ਅਸੀਂ ਕਰਵਾਇਆ ਸੀ। ਗੁਰੂ ਨਾਨਕ ਕਾਲਜ ਦੇ ਵਿੱਚ ਆਮ ਇਨਫੈਕਸ਼ਨ ਸਾਲ ਬਾਅਦ ਹੁੰਦਾ ਸੀ, ਉਹ ਇਨਫੈਕਸ਼ਨ ਆ ਗਿਆ। ਉਸ ਵੇਲੇ ਦਾ ਦੌਰ ਸੀ ਕਿ ਜਿਹੜੇ ਖਾੜਕੂਵਾਦ ਦਾ ਦੌਰ ਸੀ, ਖਾੜਕੂ ਕੋਈ ਵੀ ਪ੍ਰੋਗਰਾਮ ਚਾਹੇ ਕੋਈ ਸੱਭਿਆਚਾਰ ਸੀ ਉਹਨੂੰ ਕਰਨ ਤੋਂ ਰੋਕਦੇ ਸੀ। ਔਰ ਸੰਧੂ ਸਾਹਿਬ ਉਹਨਾਂ ਨੇ ਬਹੁਤ ਹੀ ਦ੍ਰਿੜਤਾ ਦੇ ਨਾਲ ਉਹਨਾਂ ਦੇ ਸਾਥੀਆਂ ਨੇ ਕਿਹਾ ਵੀ ਇਹ ਪ੍ਰੋਗਰਾਮ ਕਰਨਾ, ਕਿਉਂਕਿ ਉੱਥੇ ਦੋ ਤਰ੍ਹਾਂ ਦੀ ਮੂਵਮੈਂਟ ਚੱਲਦੀ ਸੀ, ਇੱਕ ਕਾਮਰੇਡਾਂ ਦੀ ਸੀ, ਇੱਕ ਮੂਵਮੈਂਟ ਹੈਗੀ ਸੀ ਖਾੜਕੂਵਾਦ ਦੀ। ਖਾੜਕੂਵਾਦ ਇਸ ਚੀਜ਼ਾਂ ਨੂੰ ਰੋਕਦਾ ਸੀ ਕਿ ਇਹ ਜਿਹੜੇ ਸੱਭਿਆਚਾਰ ਪ੍ਰੋਗਰਾਮ ਕਰਵਾਉਂਦੇ ਨੇ ਇਹ ਜਿਹੜੇ ਕਾਮਰੇਡ ਵਿਚਾਰਧਾਰਾ ਦੇ ਨੇ, ਅਤੇ ਕਾਮਰੇਡ ਕਹਿੰਦੇ ਸੀ ਕਿ ਇਹ ਖਾੜਕੂ ਵਿਚਾਰਧਾਰਾ ਦੇ, ਕਿਸੇ ਬੰਨੇ ਵੀ ਗਿਣੇ ਨਹੀਂ ਸੀ ਜਾਂਦੇ। ਇਹਨਾਂ ਨੇ ਆਪਣੀ ਮੂਵਮੈਂਟ ਚਲਾ ਕੇ ਸੱਭਿਆਚਾਰ ਪ੍ਰੋਗਰਾਮ ਦ੍ਰਿੜਤਾ ਦੇ ਨਾਲ ਕਰਵਾਇਆ ਔਰ ਕਿਸੇ ਭੈ ਤੋਂ ਬੇਡਰ ਹੋ ਕੇ ਕਰਾਇਆ। ਇਹ ਵੀ ਇੱਕ ਉਸ ਵੇਲੇ ਦੀ ਇਹਨਾਂ ਦੀ ਕਾਰਜਸ਼ੈਲੀ ਸੀ, ਕਿਉਂਕਿ ਉਹ ਕਿਸੇ ਅੱਗੇ ਝੁਕੇ ਨਹੀਂ, ਆਪਦੀ ਮਿਹਨਤ ਸਦਕਾ ਅਤੇ ਆਪਦੇ ਸਾਥੀਆਂ ਸੰਗੀਆਂ ਦੇ ਸਹਿਯੋਗ ਦੇ ਨਾਲ ਜਿਹੜੇ ਇਹੋ ਜਿਹੀਆਂ ਐਜੀਟੇਸ਼ਨਾਂ ਕੀਤੀਆਂ ਔਰ ਲੋਕਾਂ ਦੇ ਨਾਲ ਚੰਗਾ ਵਿਚਰਦੇ ਨੇ। ਉਸ ਵੇਲੇ ਡਰ ਨਹੀਂ ਲੱਗਦਾ ਸੀ ਕਿਸੇ ਚੀਜ਼ ਤੋਂ, ਉਸ ਵੇਲੇ ਮਤਲਬ ਅਸੀਂ ਵੀ ਆਪਣੇ ਲੋੜ ਦੇ ਵਿੱਚ ਕੰਮ ਕਰਦੇ ਸੀ ਔਰ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਸੀ। ਮੈਂ ਦੇਖਦਾ ਕਿ ਅੱਜ ਕੱਲ੍ਹ ਆਮ ਹੀ ਅਸੀਂ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਬਾਰੇ ਬੜੀ ਇੱਕ ਗਲਤ ਪਰਸੈਪਸ਼ਨ ਬਣਾ ਕੇ ਬੈਠੇ ਹਾਂ ਕਿ ਸਾਰੇ ਹੀ ਰਾਜਨੀਤਿਕ ਮਾੜੇ ਹੈ। ਇਮਾਨਦਾਰੀ ਨਾਲ ਦੱਸਾਂ, ਮੈਂ ਆਪਣੇ ਜੀਵਨ ਦੇ ਵਿੱਚ ਜਿੰਨੇ ਵੀ ਪੋਲੀਟੀਕਲ ਲੀਡਰਸ ਦੇ ਨਾਲ ਕੰਮ ਕੀਤਾ ਜਾਂ ਵਿਚਰਿਆ, ਮੈਂ ਆਪਣੀ ਉਸ ਯਾਤਰਾ ਦੀ ਗੱਲ ਕਰ ਰਿਹਾ ਜਿਹੜਾ ਸਮਾਂ ਮੈਂ ਐਕਟਿਵ ਪੋਲੀਟਿਕਸ ਦੇ ਵਿੱਚ ਕੰਮ ਕੀਤਾ ਬਤੌਰ ਵਰਕਰ। ਮੈਂ ਸਾਰੇ ਵੱਡੇ ਵੱਡੇ ਲੀਡਰਾਂ ਦੇ ਨਾਲ ਕੰਮ ਕੀਤਾ ਔਰ ਮੈਨੂੰ ਕਿਸੇ ਦੀ ਸੋਚ ਦੇ ਵਿੱਚ ਵੀ ਖੋਟ ਨਜ਼ਰ ਨਹੀਂ ਆਈ। ਹੋ ਸਕਦਾ ਮੇਰੀ ਗੱਲ 'ਤੇ ਤੁਹਾਨੂੰ ਨਾ ਯਕੀਨ ਆਵੇ, ਮੈਨੂੰ ਇੰਝ ਲੱਗਦਾ ਹੈ ਕਿ ਕਿਤੇ ਨਾ ਕਿਤੇ ਹਾਲਾਤ ਨੇ ਜਿਹੜੇ ਸਾਰਾ ਪੂਰਾ ਸਮਾਜ ਹੈ ਸਾਡਾ ਉਹ ਐਸੇ ਬਣ ਜਾਂਦੇ ਆ ਕਿ ਉੱਥੇ ਆ ਕੇ ਹਰ ਬੰਦਾ ਉਸ ਸਿਸਟਮ ਦਾ ਹਿੱਸਾ ਬਣ ਜਾਂਦਾ। ਉਹ ਸ਼ਾਇਦ ਚੰਗੇ ਵਿਚਾਰ ਵੀ ਰੱਖਦਾ ਹੋਵੇ, ਹੋ ਸਕਦਾ ਹੈ ਕਿ ਉਹ ਸੁਧਾਰ ਕਰਨਾ ਚਾਹੁੰਦਾ ਹੋਵੇ। ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡਾ ਜਿਹੜਾ ਰਾਜਨੀਤਿਕ ਢਾਂਚਾ ਹੈ ਇਸ ਦੇ ਵਿੱਚ ਤਬਦੀਲੀਆਂ ਦੀ ਜ਼ਰੂਰਤ ਹੈ, ਤਾਂ ਕਿ ਚੰਗੇ ਲੋਕ ਹੋਰ ਜਿਹੜੇ ਇਸ ਦੇ ਵਿੱਚ ਆਉਣਾ ਚਾਹੁੰਦੇ ਨੇ ਇਹ ਸੋਚ ਕੇ ਨਹੀਂ ਆਉਂਦੇ ਕਿ ਸ਼ਾਇਦ ਯਾਰ ਇੱਥੇ ਆ ਕੇ ਤਾਂ ਅਸੀਂ ਠੱਪਾ ਲਵਾ ਲਾਂਗੇ, ਇੱਥੇ ਆ ਕੇ ਤਾਂ ਅਸੀਂ ਸਮਾਜ ਦੀਆਂ ਗਾਲਾਂ ਦਾ ਪਾਤਰ ਬਣ ਜਾਵਾਂਗੇ। ਅਤੇ ਮੈਂ ਇਹ ਗੱਲ ਆਪਣੇ ਤਜਰਬੇ ਦੇ ਆਧਾਰ 'ਤੇ ਦੱਸਣਾ ਚਾਹੁੰਦਾ, ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ, ਮੈਂ ਕਿਸੇ ਪਾਰਟੀ ਦਾ ਜ਼ਿਕਰ ਨਹੀਂ ਕਰ ਰਿਹਾ, ਮੈਂ ਆਪਣੇ ਰਾਜਨੀਤਿਕ ਜੀਵਨ ਦੇ ਵਿੱਚ ਵੀ ਦੇਖਿਆ ਔਰ ਰਾਜਨੀਤਿਕ ਜੀਵਨ ਤੋਂ ਬਾਅਦ ਵੀ ਦੇਖਿਆ। ਮੈਂ ਜਦੋਂ ਬਾਹਰ ਅੰਦਰ ਜਾਂਦਾ, ਵਿਦੇਸ਼ਾਂ ਵਿੱਚ ਜਾਂਦਾ, ਮੈਨੂੰ ਲੋਕ ਪੁੱਛਦੇ ਆ ਕਿ ਤੁਸੀਂ ਇੰਨੀ ਵੱਡੀ ਸੰਸਥਾ ਚਲਾ ਰਹੇ ਹੋ, ਤੁਹਾਡੇ ਤੋਂ ਕਿਸੇ ਨੇ ਹਿੱਸਾ ਮੰਗਿਆ ਹੋਊਗਾ, ਤੁਹਾਡੇ ਤੋਂ ਕਿਸੇ ਨੇ ਰਿਸ਼ਵਤ ਮੰਗੀ ਹੋਏਗੀ। ਔਰ ਮੈਂ ਅੱਜ ਪਬਲਿਕ ਫਰੰਟ 'ਤੇ ਇਸ ਮੰਚ ਤੋਂ ਇਹ ਗੱਲ ਬੜੇ ਦਾਅਵੇ ਨਾਲ ਕਹਿ ਰਿਹਾ
ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਮੇਰੀ ਜ਼ਿੰਦਗੀ ਦੇ ਵਿੱਚ। ਔਰ ਮੈਨੂੰ ਇਹੋ ਲੱਗਦਾ ਹੈ ਕਿ ਅਗਰ ਜੇਕਰ ਤੁਸੀਂ ਲੈਜੀਟੀਮੇਟ ਤਰੀਕੇ ਦੇ ਨਾਲ ਆਪਣਾ ਕੰਮ ਕਰਦੇ ਹੋ, ਆਪਣੇ ਆਪ ਸਹੀ ਤਰੀਕੇ ਨਾਲ ਅੱਗੇ ਤੁਰਦੇ ਹੋ, ਤਾਂ ਸਮਾਜ ਤੁਹਾਡੀ ਮਦਦ ਦੇ ਵਾਸਤੇ ਅੱਗੇ ਆਉਂਦਾ ਹੈ। ਮੈਂ ਸਰਕਾਰਾਂ ਵੇਖੀਆਂ ਦੋ ਤਰ੍ਹਾਂ ਦੀਆਂ ਆਪਣੇ ਇਸ ਸੰਘਰਸ਼ ਦੇ ਦੌਰਾਨ, ਪਹਿਲੀ ਸਰਕਾਰ ਵੀ ਦੇਖੀ ਹੈ, ਹੁਣ ਵਾਲੀ ਸਰਕਾਰ ਵੀ ਦੇਖੀ ਹੈ। ਮੈਨੂੰ ਤਾਂ ਇੱਕ ਤੋਂ ਇੱਕ ਵੱਧ ਕੇ ਚੰਗਾ ਲੱਗਿਆ, ਮੈਨੂੰ ਕਿਸੇ ਵਿੱਚ ਬੁਰਾਈ ਨਜ਼ਰ ਨਹੀਂ ਆਈ ਕਿ ਜਿਹਨੇ ਮੈਨੂੰ ਵੜੇਕਾ ਲਗਾਇਆ ਹੋਵੇ। ਮੈਨੂੰ ਹਰ ਵੇਲੇ ਪੁਰਾਣੇ ਮੁੱਖ ਮੰਤਰੀ ਸਾਹਿਬ ਤੋਂ ਵੀ ਅਤੇ ਮੌਜੂਦਾ ਮੁੱਖ ਮੰਤਰੀ ਸਾਹਿਬ ਤੋਂ ਵੀ ਮੈਨੂੰ ਹਮੇਸ਼ਾ ਮਦਦ ਮਿਲੀ ਹੈ। ਔਰ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਾਨੂੰ ਆਪਣੇ ਆਪ ਦੇ ਵਿੱਚ ਵੀ ਪੜਚੋਲ ਕਰਨੀ ਚਾਹੀਦੀ ਹੈਗੀ ਆ ਕਿ ਸਾਡਾ ਜਿਹੜਾ ਨਜ਼ਰੀਆ ਹੈ ਰਾਜਨੀਤੀ ਬਾਰੇ ਉਹ ਸੁਣੀਆਂ ਸੁਣੀਆਂ ਗੱਲਾਂ ਦੇ ਆਧਾਰ 'ਤੇ ਜਾਂ ਕੋਈ ਮੇਰਾ ਆਪਣਾ ਤਜਰਬਾ ਹੈ। ਮੈਂ ਜ਼ਿਕਰ ਕਰ ਰਿਹਾ ਸੀ ਕਿ ਸਾਡੇ ਕੋਲ ਵਿੱਤੀ ਸਾਧਨ ਬਹੁਤ ਸੀਮਤ ਸੀ, ਔਰ ਅਸੀਂ ਜਦੋਂ ਲਾਂਡਰਾ ਕੈਂਪ ਸਟਾਰਟ ਕੀਤਾ ਸਾਡੇ ਕੋਲ ਜਿੰਨੇ ਪੈਸੇ ਅਸੀਂ ਸੋਚੇ ਸੀਗੇ, ਕਿਉਂਕਿ ਜਦੋਂ ਜ਼ਿੰਦਗੀ ਵਿੱਚ ਕੋਈ ਕਾਰੋਬਾਰ ਨਹੀਂ ਕੀਤਾ ਹੁੰਦਾ ਤਾਂ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਬਿਜ਼ਨਸ ਕਿਵੇਂ ਕਰਨਾ। ਸ਼ੁਰੂ ਕਰਨ ਜੋਗੇ ਪੈਸੇ ਤਾਂ ਇਕੱਠੇ ਹੋ ਜਾਂਦੇ, ਲੇਕਿਨ ਉਸਨੂੰ ਅੱਗੇ ਲਿਜਾਣ ਵਾਸਤੇ ਤੁਹਾਡੇ ਕੋਲ ਪੈਸੇ ਮੁੱਕ ਜਾਂਦੇ ਆ। ਔਰ ਅਸੀਂ ਜਦੋਂ ਪ੍ਰੋਜੈਕਟ ਜੋ ਐਸਟੀਮੇਟ ਕੀਤਾ ਸੀ ਉਸ ਤੋਂ ਜ਼ਿਆਦਾ ਉਸਦੇ ਉੱਪਰ ਖਰਚਾ ਆਇਆ। ਔਰ ਮੈਨੂੰ ਯਾਦ ਹੈ ਕਿ ਸਾਡੇ ਲਾਂਡਰਾ ਕੈਂਪਸ ਦੀ ਜਿਹੜੀ ਮੇਨ ਬਿਲਡਿੰਗ ਹੈ, ਜਿਹੜੀ ਇਸ ਵੇਲੇ ਅਸੀਂ ਸਾਡੇ ਬਰੋਚਰਸ ਦੇ ਵਿੱਚ ਪਬਲਿਸ਼ ਹੁੰਦੀ ਹੈ, ਉਸਦੇ ਪਲਾਸਟਰ ਕਰਨ ਦੇ ਵਾਸਤੇ ਸਾਡੇ ਕੋਲ ਪੈਸੇ ਖਤਮ ਹੋ ਗਏ ਸੀ। ਔਰ ਅਸੀਂ ਅੱਜ ਤੱਕ ਉਸਨੂੰ ਪਲਾਸਟਰ ਨਹੀਂ ਕਰਵਾਇਆ, ਅੱਜ ਵੀ ਉਹ ਇੱਟਾਂ ਦੀ ਬਿਲਡਿੰਗ ਉਸ ਤਰੀਕੇ ਨਾਲ ਹੀ ਅਸੀਂ ਉਹਨੂੰ ਪੇਂਟ ਕਰ ਦਿੰਦੇ ਹਾਂ। ਅਸੀਂ ਇੱਕ ਯਾਦ ਸੰਭਾਲ ਕੇ ਰੱਖੀ ਹੋਈ ਹੈ ਕਿ ਉਸ ਵੇਲੇ ਸਾਡੇ ਕੋਲ ਪੈਸੇ ਮੁੱਕੇ ਸੀ, ਤਾਂ ਕਿ ਸਾਨੂੰ ਅਹਿਸਾਸ ਹੁੰਦਾ ਰਹੇ ਕਿ ਅਸੀਂ ਚੱਲੇ ਕਿੱਥੋਂ ਸੀ। ਦੋਸਤੋ, ਮੈਂ ਆਪਣੀ ਜਿਹੜੀ ਯਾਤਰਾ ਹੈ ਜਾਂ ਆਪਣੀ ਕਹਾਣੀ ਤੁਹਾਡੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਮੈਂ ਇੱਕ ਬਹੁਤ ਸਧਾਰਨ ਘਰ 'ਚ ਉੱਠ ਕੇ ਇੱਥੇ ਤੱਕ ਪਹੁੰਚਿਆ। ਔਰ ਮੈਂ ਦੇਖਦਾ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਅੱਗੇ ਵਧਣਾ ਚਾਹੁੰਦੇ ਆ, ਉਹ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ 'ਤੇ ਜਾਂ ਆਪਣੇ ਕਿਸੇ ਠੋਕਰ ਦੇ ਆਧਾਰ 'ਤੇ ਉਹ ਟੁੱਟ ਜਾਂਦੇ, ਉਹਨਾਂ ਦੇ ਸੁਪਨੇ ਟੁੱਟ ਜਾਂਦੇ ਆ। ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਚਾਹੁੰਦਾ ਕਿ ਤੁਸੀਂ ਹਿੰਮਤ ਨਾ ਹਾਰੋ। ਇਹ ਨਹੀਂ ਕਹਿ ਸਕਦੇ ਕਿ ਠੋਕਰ ਨਹੀਂ ਲੱਗੇਗੀ, ਇਹ ਨਹੀਂ ਕਹਿ ਸਕਦੇ ਕਿ ਚੁਣੌਤੀ ਨਹੀਂ ਆਏਗੀ। ਹਰ ਇੱਕ ਦੀ ਆਪਣੀ ਕਹਾਣੀ ਨਵੇਂ ਤਰੀਕੇ ਨਾਲ ਲਿਖੀ ਜਾਣੀ ਹੈ ਕਿ ਤੁਸੀਂ ਘਬਰਾਉਣਾ ਨਹੀਂ ਆ, ਤੁਸੀਂ ਪਿੱਛੇ ਨਹੀਂ ਹਟਣਾ। ਅਗਰ ਮੇਰੇ ਵਰਗਾ ਇੱਕ ਸਧਾਰਨ ਇਨਸਾਨ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦਾ ਹੈ ਤਾਂ ਪੰਜਾਬ ਦਾ ਹਰ ਨੌਜਵਾਨ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਇੱਕ ਚੰਗੀ ਐਜੂਕੇਸ਼ਨ ਲੈ ਕੇ ਆ ਰਿਹਾ, ਉਹ ਮੇਰੇ ਤੋਂ ਵੀ ਬਿਹਤਰ ਪ੍ਰਦਰਸ਼ਨ ਕਰ ਸਕਦਾ ਹੈ। ਮੈਨੂੰ ਉਮੀਦ ਹੈ ਕਿ ਜਿਹੜੀ ਮੇਰੀ ਕਹਾਣੀ ਦੇ ਕੁਝ ਪੱਖ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ, ਸ਼ਾਇਦ ਤੁਹਾਨੂੰ ਇਹ ਮੋਟੀਵੇਟ ਕਰਨ, ਸ਼ਾਇਦ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਐਸੇ ਸਮੇਂ 'ਤੇ ਹੌਸਲਾ ਦੇਣ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਮੁਸ਼ਕਲ ਵਿੱਚੋਂ ਔਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕੋ। ਇੱਕ ਗੱਲ ਲਾਸਟ ਵਿੱਚ ਹੋਰ ਕਹਿਣੀ ਚਾਹੁੰਦਾ ਕਿ ਕਈ ਵਾਰੀ ਅਸੀਂ ਵੱਖ ਵੱਖ ਸ਼ਖਸੀਅਤਾਂ ਤੋਂ ਪ੍ਰਭਾਵਿਤ ਹੁੰਦੇ, ਹਾਲਾਂਕਿ ਮੈਂ ਤਾਂ ਉਸ ਗਿਣਤੀ ਵਿੱਚ ਆਪਣੇ ਆਪ ਨੂੰ ਨਹੀਂ ਸਮਝਦਾ, ਲੇਕਿਨ ਅਸੀਂ ਉਹਨਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਕਿਸੇ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਣਾ ਬਹੁਤ ਚਾਹੀਦਾ, ਜ਼ਰੂਰੀ ਹੈ, ਲੇਕਿਨ ਉਸ ਦੀ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ 'ਚ ਕਾਪੀ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਕੁਦਰਤ ਨੇ ਹਰੇਕ ਇਨਸਾਨ ਨੂੰ ਯੂਨੀਕ ਬਣਾਇਆ ਔਰ ਹਰੇਕ ਇਨਸਾਨ ਦੀ ਆਪਣੀ ਕਹਾਣੀ ਲਿਖੀ ਜਾਣੀ ਹੈ। ਤੁਸੀਂ ਆਪਣੇ ਦਿਮਾਗ ਨਾਲ ਆਪਣੇ ਤਰੀਕੇ ਨਾਲ ਚੱਲਣਾ, ਤਾਂ ਹੀ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋਗੇ। ਮੈਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਫੇਲੀਅਰ ਦੇਖੇ ਜਿਨ੍ਹਾਂ ਦਾ ਮੈਂ ਇੱਥੇ ਜ਼ਿਕਰ ਨਹੀਂ ਕੀਤਾ। ਬਹੁਤ ਵਾਰੀ ਮੈਂ ਕੋਸ਼ਿਸ਼ ਕਰਦਾ ਸੀ, ਮੇਰਾ ਕਾਰੋਬਾਰ ਨਹੀਂ ਚੱਲਦਾ ਸੀ, ਫੇਲ ਹੋ ਜਾਂਦਾ ਸੀ, ਲੇਕਿਨ ਮੈਂ ਉਹਨੂੰ ਜਦੋਂ ਐਨਾਲਿਸਿਸ ਕੀਤਾ ਕਿ ਮੈਂ ਜੋ ਵੀ ਕੰਮ ਕਰ ਰਿਹਾ ਉਹਦੇ 'ਚ ਫੇਲ ਹੋ ਰਿਹਾ, ਉਸਦਾ ਕਾਰਨ ਕੀ ਹੈ, ਅਤੇ ਮੈਂ ਜਦੋਂ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਆਪਣੇ ਦਿਮਾਗ ਨਾਲ, ਤਾਂ ਮੈਂ ਦੇਖਿਆ ਕਿ ਮੈਂ ਹਰ ਵਾਰੀ ਕਿਸੇ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਸੀ ਔਰ ਮੈਂ ਫੇਲ ਹੋ ਜਾਂਦਾ ਸੀ। ਔਰ ਫਿਰ ਲਾਸਟ ਟਾਈਮ 'ਤੇ ਮੈਂ ਕਿਹਾ ਆਪਣੇ ਦਿਲ ਦੀ ਗੱਲ ਸੁਣ ਕੇ ਦੇਖੋ ਕਿ ਜੋ ਅੰਦਰੋਂ ਆਵਾਜ਼ ਆਉਂਦੀ ਉਹ ਕਰੋ, ਕਿਉਂਕਿ ਮੈਨੂੰ ਆਪਣੇ ਆਪ 'ਤੇ ਕੌਨਫੀਡੈਂਸ ਨਹੀਂ ਕਿ ਮੈਂ ਵੀ ਚੰਗਾ ਸੋਚ ਸਕਦਾ। ਜਿਸ ਵੇਲੇ ਮੈਂ ਆਪਣੇ ਦਿਮਾਗ ਨਾਲ ਸੋਚਣਾ ਸ਼ੁਰੂ ਕੀਤਾ ਔਰ ਉਹਦੇ ਮੁਤਾਬਕ ਮੈਂ ਕੰਮ ਕਰਨਾ ਸ਼ੁਰੂ ਕੀਤਾ, ਮੈਂ ਹਰ ਵਾਰੀ ਕਾਮਯਾਬ ਹੋਇਆ। ਤਾਂ ਇਹ ਗੱਲ ਦੱਸਣ ਦਾ ਮਕਸਦ ਮੇਰਾ ਇਹ ਸੀਗਾ ਕਿ ਆਪਣੇ ਆਪ 'ਤੇ ਜਿਹੜਾ ਕੌਨਫੀਡੈਂਸ ਰੱਖੋ, ਆਪਣੀ ਕਹਾਣੀ ਆਪ ਲਿਖਣ ਦੀ ਕੋਸ਼ਿਸ਼ ਕਰੋ
ਔਰ ਇੰਨੇ ਸ਼ਬਦਾਂ ਨਾਲ ਮੈਂ ਤੁਹਾਡੇ ਸਾਰਿਆਂ ਵਾਸਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਮੇਰੀ ਕਹਾਣੀ ਸੁਣਨ ਦੇ ਵਾਸਤੇ ਆਪਣਾ ਸਮਾਂ ਜਿਹੜਾ ਤੁਸੀਂ ਦੇ ਰਹੇ ਹੈਗੇ ਉਹਦੇ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ।